ओ मला दोबारा यार। ਬੰਦਾ ਦਰਨਾ ਮੈਂ ਸਾਡੀ ਨੇ ਐਟਮ ਕੀਤੀ ਕੋਈ ਐਟਮ ਨਹੀਂ ਕੀਤੀ ਹਾਂ ਐਟਮ ਨਹੀਂ ਕੀਤੀ ਫਿਰ ਤੂੰ ਉਹਨੂੰ ਕਹਿੰਦਾ ਕਿ ਭਾਈ ਕੋ ਨੰਬਰ ਤੇ ਹੋਰ ਦੇ ਅਗਰ ਨੰਬਰ ਉਹਦੀ ਬੈਟਰੀ ਚਲੋ ਡਾਊਨ ਹੋ ਸਕਦੀ ਆ ਕੋਈ ਹੋਰ ਮਸਲਾ ਹੋ ਸਕਦਾ ਜ਼ਰੂਰੀ ਨਹੀਂ ਵੀ ਉਹਨੇ ਬੰਦ ਹੀ ਕੀਤਾ ਹੋਵੇ ਚਲ ਕੋਈ ਨੰਬਰ ਮਤਬਾਦਲ ਹੈ ਉਹਦਾ ਨੰਬਰ ਤੁਸੀਂ ਦਿੱਤਾ ਸੀਗਾ ਆਹੋ ਤੇ ਤੂੰ ਗੱਲ ਤੇਰੇ ਨਾਲ ਹੋਈ ਕਿ ਮੇਰੇ ਨਾਲ ਹੋਈ ਤੁਹਾਡੇ ਨਾਲ ਵੀ ਹੋਣੀ ਸੀ ਮੇਰੇ ਨਾਲ ਨਹੀਂ ਹੁੰਦੀ ਉਹਨਾਂ ਰਾਬਤੇ ਚ ਕੌਣ ਸੀ ਫੈਸਲਾਬਾਦ ਤੁਰਨ ਚ ਅਸੀਂ ਆ ਰਹੇ ਹਾਂ ਅਸੀਂ ਜਾ ਰਹੇ ਕੌਣ ਰਾਬਤੇ ਸੀ ਆ ਥੋੜੀ ਦੇਰ ਪਹਿਲੇ ਕਿਹਨੇ ਕਿਹਾ ਕਿ ਜੀ ਕਿ ਉਹਨੇ ਖਾਣੇ ਦਾ ਇੰਤਜ਼ਾਮ ਕੀਤਾ ਤੇ ਉਹ ਕਹਿੰਦਾ ਆ ਜਾਓ ਜਲਦੀ ਤੇ ਜੇ ਉਹ ਕਿਹਨੇ ਕਿਹਾ ਕਿਹਨੂੰ ਕਿਹਾ ਉਹਨੇ ਮੈਨੂੰ ਕਿਹਾ ਸੀਗਾ ਤੇ ਤੂੰ ਉਹਨੂੰ ਕਿਹਾ ਵਾ ਵੀ ਪਾਇਨ ਕੋ ਨੰਬਰ ਹੋਰ ਦੇ ਦਿਓ ਜਾਂ ਭਾਈ ਦਾ ਜਾਂ ਕਿਸੇ ਦਾ ਘਰ ਦਾ ਬੰਦ ਹੋਇਆ ਤੇ ਉਸਤਾਦ ਜੀ ਮੈਂ ਕੁੱਤਾ ਲੈ ਕੇ ਜਾਣਾ ਜੇ ਮੈਂ ਨਾ ਜਾਣ ਦੇਣਾ ਜੇ ਤੇ ਨਾ ਤੁਸੀਂ ਜਾਣਾ ਹੈਗਾ ਕੁੱਤਾ ਮੈਂ ਤੈਨੂੰ ਫਿਰ ਇੱਥੋਂ ਕੋ ਫਿਰਦਾ ਤੁਰਦਾ ਲੈ ਦਿੰਦਾ ਪਾ ਦਿੰਦਾ ਸ਼ਾਹ ਗਲਤ ਗੱਲ ਹੈਗੀ ਜਿਹੜੀ ਗੱਲ ਗਲਤ ਮੈਂ ਸਹੀ ਸੀ ਡਰੈਸ ਇਹੀ ਹੈਗਾ ਵੇ ਆ ਵੇਖੋ ਨਾ ਮੈਨੂੰ ਲੋਕੇਸ਼ਨ ਇਹਨੇ ਤੇ ਸੈਂਡ ਕੀਤੀ ਉਹ ਇੱਥੇ ਆ ਕਰੋ ਪਾਇਨ ਸਾਹਿਬ ਵਾਲੇ ਪਾਇਨ ਦਾ ਨਾਮ ਕੀ ਮੁਹੰਮਦ ਆਮਿਰ ਸਾਹਿਬ ਆਮਿਰ ਸਾਹਿਬ ਇੱਥੇ ਇੱਕ ਮੁੰਡਾ ਰਹਿੰਦਾ ਜਿਹਨੇ ਜਰਮਨ ਸ਼ੈਫਰਡ ਕੁੱਤਾ ਰੱਖਿਆ ਹੋਵੇ ਉਹਦਾ ਨਾਮ ਦੱਸੋ ਹਾਂ ਕੀ ਨਾਮ ਸੀ ਬਰਾਰ ਨੇ ਉਹਨੇ ਕੁੱਤੇ ਰੱਖੇ ਨੇ ਜਰਮਨ ਸ਼ੈਫਰਡ ਕੁੱਤਾ ਰੱਖਿਆ ਤੇ ਉਹਦੇ ਬੱਚੇ ਵੀ ਹੋਏ ਨੇ ਦੋ ਫੈਸਲਾ ਬਾਅਦ ਤੀਕਰ ਨੰਬਰ ਉਹਨਾਂ ਦਾ ਆਉਣ ਰਿਹਾ ਫਿਰ ਅਸੀਂ ਇਹਨਾਂ ਨੂੰ ਕਿਹਾ ਸੀ ਸਵੇਰੇ ਇਹ ਗੱਲ ਉਹਨਾਂ ਨੂੰ ਕੀ ਦੱਸ ਰਹੇ ਆ ਤੂੰ ਤੇ ਹੁਣ ਉਹਨੇ ਨੰਬਰ ਬੰਦ ਕਰਤਾ ਵਾ ਇੱਥੇ ਇੱਕ ਮੁੰਡਾ ਰਹਿੰਦਾ ਜੀ ਐਸ ਆਈ ਬਰਾਰ ਨਹੀਂ ਮੈਂ ਨਹੀਂ ਜਾਣਦਾ ਬਰਾਰ ਕਦੀ ਕੋ ਦੇਖਿਆ ਵੇ ਕੋ ਕੁੱਤਾ ਲੈ ਕੇ ਇਧਰੋਂ ਲੰਘਦਾ ਹੋਵੇ ਫਿਰ ਮੈਂ 45 ਸਾਲ ਸੇ ਯਹਾਂ ਕਰ ਆਈ ਹੂੰ ਆ 45 ਸਾਲ ਸੇ ਯਹਾਂ ਪੇ ਹੈ ਫੈਸਲ ਸਾਹਿਬ ਮਰ ਕੇ ਗੇੜਾ ਹੋ ਗਿਆ ਮੈਂ ਕਿਸੇ ਇੱਧਰ ਬਰਾਰ ਨਾਮ ਕਰ ਅੱਲਾ ਦੇ ਨਾਮ ਤੇ ਕੋਈ ਮੱਖੀ ਨਹੀਂ ਦਿੰਦਾ ਉਹ ਕੁੱਤਾ ਲੈਣ ਆ ਕੇ ਆਪਕੇ ਪਾਸ ਕੁੱਤਾ ਹੈ ਕੋਈ ਨਹੀਂ ਇਹ ਰੱਖ ਲੈ ਆਪ ਹੁਣ ਤਾਂ ਸਾਨੂੰ ਮਾਫੀ ਦੇ ਦਿਓ ਜਿਆਦਾ ਦੇ ਦਿਓ ਚਲੀ ਉਹਨੂੰ ਕਹਿ ਤੁਹਾਨੂੰ ਕਹਿਣ ਦੇ ਰਸਤੇ ਸਾਰੇ ਉਸਤਾਦ ਜੀ ਇਹ ਸਾਰਾ ਡਰਾਮਾ ਵਿੱਚ ਹੁੰਦਾ ਹੁਣ ਫਿਰ ਤੁਸੀਂ ਕਿਤੇ ਇੰਜੋਏ ਕਰੀਏ ਕਿ ਹੁਣ ਇੱਥੇ ਇੰਜੋਏ ਇੰਜੋਏ ਨਹੀਂ ਕਰਨਾ ਕੁੱਤੇ ਦੇ ਨਾਲ ਇੰਜੋਏ ਹੋਣਾ ਉਹ ਕੁੱਤਾ ਫਤਾ ਨਹੀਂ ਹੋਣਾ ਚੱਲ ਜਾ ਫਤਾ ਕਰਕੇ ਜਾਣਾ ਤੂੰ ਕੁੱਤਾ ਫਤਾ ਕਰਕੇ ਜਾਣਾ ਉਹਨਾਂ ਕੋ ਪੁੱਛਦੇ ਆ ਕਿਤੇ ਕਿੰਨੀ ਉਮਰ ਇਹਦੀ ਅੰਮੀ ਅੱਬੂ ਕਿੱਥੇ ਨੇ ਆਵਾਜ਼ ਉੱਡ ਰਹੇ ਹੋਣ ਤੁਸੀਂ ਇੱਥੇ ਰਹਿੰਦੇ ਹੋ ਇੱਥੇ ਕੋਈ ਬਰਾਰ ਮੁੰਡਾ ਰਹਿੰਦਾ ਜਿਹਨੇ ਕੁੱਤੇ ਰੱਖੇ ਹੋਣ ਜਰਮਨ ਸ਼ੈਫਰਡ ਕੁੱਤੇ ਰੱਖੇ ਨੇ ਜਰਮਨ ਸ਼ੈਫਰਡ ਕੁੱਤੇ ਬਰਾਰ ਉਹਨੇ ਸਾਨੂੰ ਰੋਟੀ ਦਾ ਵੀ ਕਿਹਾ ਸੀ ਕਹਿੰਦਾ ਮੈਂ ਖਾਣਾ ਉਹ ਯਾਰ ਇਹ ਉਹਨਾਂ ਨੂੰ ਕਿਉਂ ਦੱਸ ਰਿਹਾ ਤੂੰ ਭਾਜੀ ਕੋ ਮੁੰਡਾ ਕੋ ਐਸਾ ਇੱਥੇ ਨੇ ਕੁੱਤੇ ਰੱਖੇ ਹੁੰਦੇ ਸਰ ਪਤਾ ਨਹੀਂ ਜੀ ਮੈਨੂੰ ਮੈਂ ਹੁਣ ਕੰਮ ਤੋਂ ਆ ਰਿਹਾ ਥੱਕਿਆ ਦੇਖੋ ਮੇਰਾ ਕੀ ਕੰਮ ਤੋਂ ਆ ਰਹੇ ਤੁਸੀਂ ਇਹ ਨਾਲ ਲਿਆ ਕੰਮ ਦੇ ਇਹ ਕੀ ਗੱਲ ਇਹ ਸਰ ਇਸ ਨੂੰ ਲਾਣਾ ਨਹੀਂ ਹੈ ਇਸ ਨੂੰ ਲਾਣਾ ਨਾ ਨਹੀਂ ਇਹਨੂੰ ਕੰਮ ਤੇ ਨਾਲ ਲੈ ਕੇ ਜਾਂਦੇ ਤੁਸੀਂ ਹਾਂ ਲਓ ਜੀ ਇਹ ਕਿਸੇ ਦੇ ਵੀ ਬਾਜ਼ੂ ਤੇ ਬੈਠ ਜਾਂਦਾ ਨਹੀਂ ਕਿਸੇ ਦੇ ਨਹੀਂ ਬਹਿ ਜਾਂਦਾ ਅਗਰ ਮੈਂ ਕਹਾਂ ਤੇ ਬਹਿ ਜਾਂਦੇ ਹਲੇ ਤੇ ਬੱਚਾ ਇੰਜਾਇ ਇਹਨਾਂ ਨੂੰ ਬਾਜ਼ੂ ਤੇ ਬਿਠਾ ਮੈਂ ਨਹੀਂ ਬਿਠਾਣਾ ਆਹ ਬੰਦਾ ਜੀ ਇਹ ਦੇਖਿਆ ਕਿਤੇ ਮੁੰਡਾ ਨਹੀਂ ਸਰ ਜੀ ਨਹੀਂ ਦੇਖਿਆ ਇਸ ਏਰੀਏ 'ਚ ਨਹੀਂ ਕਦੇ ਵੇਖਿਆ ਨਹੀਂ ਸਰ ਪਹਿਲਾਂ ਤੁਸੀਂ ਵੇਚਣਾ ਤੁਸੀਂ ਆਪਣਾ ਕਰ ਲਓ ਤੁਸੀਂ ਬਰਾਰ ਨੂੰ ਲੱਭ ਲਓ ਯਾਰ ਇਹ ਕੁੱਤਾ ਲੱਭਦਾ ਬੰਦਾ ਚੀਲ ਲੈ ਲੈਂਦਾ ਵਾ ਕੋਈ ਤੇ ਕੁਛ ਤੇ ਲੈ ਕੇ ਜਾਈਏ ਹੁਣ ਅਸੀਂ ਕੀ ਕਰਨਾ ਹੁਣ ਕਿੰਨੀ ਦੇਰ ਡਿਕਣਾ ਨੇ ਅਗਲੇ ਨੇ ਕੁੱਤਾ ਬਾਰਬੀਕਿਊ ਕਰ ਲਿਆ ਹੋਣਾ ਉਸਤਾਦ ਜੀ ਉਸਤਾਦ ਜੀ ਕੁੱਤਾ ਕੌਣ ਦਿੰਦਾ 60-70 ਹਜ਼ਾਰ ਵਾਲਾ ਫ੍ਰੀ ਐਡੀ ਦੂਰੋਂ ਇਹਦੇ ਮਗਰ ਲੱਗ ਕੇ ਯਾਰ ਨਹੀਂ ਉਹ ਮੁੰਡਾ ਚੰਗਾ ਸੀ ਯਾਰ ਦੇ ਮੁੰਡਾ ਚੰਗਾ ਕੁੱਤਾ ਜਿਹੜਾ ਚੰਗਾ ਨਸੀਬ ਨਹੀਂ ਚੰਗੇ ਇਹਦੇ ਬੰਦਾ ਚਲੀਏ ਵਾਪਸ ਤੂੰ ਨਸ਼ੀ ਪਾਈ ਆ ਨਸ਼ੀ ਪਾਈ ਆ ਨਾਕਾ ਮੈਂ ਕੁੱਤੇ ਦੀ ਕੜਾਈ ਦੇਤੀ ਆ ਕੁੱਤੇ ਦੀ ਹਾਂਡੀ ਦੇਤੀ ਆ ਉੱਤੋਂ ਇੱਕ ਕੁੱਤੇ ਦਾ ਨਾ ਭੌਂਕਦੇ ਆ ਰਹੇ ਉਸਤਾਦ ਜੀ ਆ ਦੋਵੇਂ ਜਣੇ 180 ਰੁਪਏ ਫੀ ਕਿਲੋਮੀਟਰ ਕੁੱਤਾ ਲਿਆ ਕੰਮ ਕਰ ਜੇ ਅਸੀਂ ਕੁੱਤੇ ਦਾ ਭੌਂਕਦੇ ਆਉਣੇ ਤੂੰ ਸਾਨੂੰ 60-70 ਹਜ਼ਾਰ ਦੇ ਦੇ ਇੱਥੇ ਏਰੀਆ ਦੇ ਵਿੱਚ ਹੋਣਾ ਕਿਸੇ ਹੋਰ ਕੋ ਪੁੱਛੋ ਯਾਰ ਕੁੱਤਾ ਦੇ ਉਰੇ ਆ ਯਾਰ ਆ ਮਾਈਕ ਫੜ ਲਾ ਜਾ ਯਾਰ ਇਹਦੇ ਨਾਲ ਜਾ ਪਤਾ ਕਰਕੇ ਆਓਗੇ ਤੇ ਮੈਂ ਇੱਥੇ ਬੈਠਾ ਜਾਉਂ ਭਾਜੀ ਬਰਾਰ ਨਾਮ ਦੇ ਮੁੰਡੇ ਨੂੰ ਮਿਲਣਾ ਉਹਨੇ ਜਿਹੜਾ ਜਰਮਨ ਸ਼ੈਫਰਡ ਰੱਖੇ ਹੋਏ ਨੇ ਮੈਂ ਫੈਸਲਾਬਾਦ ਤੋਂ ਆਇਆ ਵਾਂ ਮੈਂ ਨਾ ਉਹਨੇ ਕਿਹਾ ਸੀਗਾ ਕਿ ਸ਼ਾਮ ਦਾ ਖਾਣਾ ਵੀ ਤੂੰ ਮੇਰੇ ਵੱਲੋਂ ਖਾਣਾ ਵਾ ਤੇ ਮੈਂ ਹੁਣ ਮੈਨੂੰ ਉਹਦਾ ਫੋਨ ਨੰਬਰ ਬੰਦ ਵੇ ਅੱਛਾ ਤੇ ਭਾਜੀ ਉਹ ਮੈਨੂੰ ਕਿੱਥੇ ਮਿਲੇਗਾ ਉਸ ਪਾਸੇ ਤੱਕ ਉਸ ਪਾਸੇ ਉਧਰ ਨਹੀਂ ਮਿਲੇਗਾ ਕਿੱਧਰ ਭਾਜੀ ਮਿਲੇਗਾ ਉਹ ਮਿਲੇਗਾ ਦੇਖੋਗੇ ਉਧਰ ਹਾਂ ਤੇ ਮਿਲੇਗਾ ਇੱਧਰ ਅਬਰਾਰ ਨਾਮ ਦਾ ਮੁੰਡਾ ਮੈਨੂੰ ਨਾ ਉਹਨੇ ਕੁੱਤੇ ਦਾ ਵਾਅਦਾ ਕੀਤਾ ਕਹਿੰਦਾ ਪਿੰਡੀਓ ਕੁੱਤਾ ਆ ਕੇ ਲੈ ਜਾ ਤੇ ਮੈਂ ਪਿੰਡੀਓ ਕੁੱਤਾ ਆ ਰਿਹਾ ਤੇ ਹੁਣ ਉਹਦਾ ਨੰਬਰ ਬੰਦ ਹੈਗਾ ਉਰਦੂ ਮੈਂ ਬਾਤ ਕਰਾਂ ਨਾ ਸਮਝ ਵੀ ਨਹੀਂ ਆ ਰਹੀ ਅਬਰਾਰ 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 ਕੀ ਹੈ ਉਹ
ਉਸ ਲੜਕੇ ਦਾ ਨਾਮ ਹੈ। ਅੱਛਾ ਉਹਨੇ ਮੈਨੂੰ ਕਿਹਾ ਸੀ ਜਰਮਨ ਸ਼ੈਫਰਡ ਲੈ ਕੇ ਜਾਈ ਉਹਨਾਂ ਦਾ ਨੰਬਰ ਪਾ ਦਵਾ। ਪਤਾ ਨਹੀਂ ਸਮਝ ਵੀ ਨਹੀਂ ਆਉਂਦਾ। ਮੈਂ ਆਪਕੋ ਬਤਾਤਾ ਹੂੰ ਅਬਰਾਰ ਲੜਕਾ ਲੜਕਾ ਮੀਨਸ ਮੁੰਡਾ ਮੁੰਡਾ ਲੜਕਾ ਅਬਰਾਰ ਨਾਮਸ ਐਂਡ ਹੀ ਵਿਲ ਗਿਵ ਮੀ ਵਨ ਡੋਗਸ ਜਰਮਨ ਸ਼ੈਫਰਡ। अबरार ने मुझे कुत्ता देना था जर्मन शेफर्ड। अब उसका नंबर बंद है, आपको पता है उसका? मेरे को क्या पता है अबरार, हम जानते नहीं है। अबरार अबरार भाजी। हाँ जी। असे ना अबरार नाम का बंदा वा। हाँ जी। कुत्ता रखा उन्हें। जी जी। ते वो किथे होएगा? वो इथे ही आएगा। किथे? ए आएगा चौक बेच। उस्ताद जी ओ अगले चौक च अगले चौक चंडे अगले चौक चले क्या अगले चौक चाहिए वो बंदा कहता अगले चौक च चल आओ सर जी आज जर्मन शेफर्ड दे दियो एक भैन बरार नू की नाम उहदा किससे मिलना है बाजी भैन बरार नू मिलना है क्यों असि वो कुत्ता लैना सी उन्हां को कुत्ते देने के लिए नहीं रखे हमने बाजी मैं फैसलाबाद आया वहां किसी कुत्ते के चक्कर में तुम यहाँ पे आ गए दफा हो जाओ यहाँ से वो जिसका दिल करता है उसको कुत्ते की ऑफर दे देता है कुत्ता 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 बाजी उन्होंने बुलाओ तो सी मैं फैसलाबाद आया मेरी पूरी फैसलाबाद आया तो मैं क्या करूं बाजी मेरे उस्ताद जी भी पीछे के खड़े हो मेरे घर से सामने दीवार के साथ खड़े हो चलो चलो बाजी मेरे उस्ताद जी भी नाल मेरे उस्ताद जी मैं तुम्हारे पीछे जाओ मेरे घर से पीछे मैं अभी 15 को कॉल करके ना बाजी वो ना भैन बरार नु भेजना असि फैसला एक मिनट मैं तुम पे ना कुत्ता पहले छोड़ती हूं एक मिनट ठहरो जरा बाजी एक मिनट पता की उन 2 घंटे हो गए ना नंबर बंद सवेर दे ना जलील इंसान तुम आधी रात में लोगों के कुत्ते चोरी करते फिरते कुत्ते नहीं भैन बाजी कुत्ता नहीं चोरी किया मैं उन्होंने मेनू कहा सीगा कहंदे खबरदार मुझे बाजी ना कहना अभी उन्होंने मेनू आप कहा सीगा कहंदे ले जी आके मेरे वो हमारे घर का उसका ज़हनी तवादन ठीक नहीं है वो किसी को भी कह देता है ऐसे बाजी उन्होंने मिला तो दियो एक मिनट सिर्फ मैं नहीं मिलाना उसको सोया हुआ वो बाजी उन्होंने को नंबर खोल लेना अपना मैं ना अब तुम्हें गंदी मां बहन की गालियां दूंगी दफा हो जाओ यहां से बाजी मैं बड़ी दूर हूं मेरी रहनी नहीं है दूर है तुम दूर आए तो मैं तुम्हें कुत्ता दे दूं अपना तुम्हारे घर में कुत्ते पैना नहीं है बाजी हो ना मैंने सदिया उन्होंने पता कि बाजी मेरी गल पीछे पीछे कर मेरी इज्जत पे हमला मैं अभी फोन करती हूँ नहीं नहीं पीछे के खड़े हो दीवार के साथ चलो उधर चलो बाजी हो ना दीवार के साथ लगो उधर मुंह उधर करो दीवार के साथ साथ लग जाओ दीवार के चलो बाजी आप बोलो ਬਾਜੀ ਭੈਣ ਬਰਾਰ ਨੇ ਨਾ ਸਾਨੂੰ ਸੱਦਿਆ ਸੀ ਫੈਸਲਾਬਾਦੋਂ ਅਸੀਂ ਹਨਾ ਕੱਲ ਦੇ ਨਿਕਲੇ ਆ ਅਸੀਂ ਫੈਸਲਾਬਾਦੋਂ ਅਸਾਂ ਲੈ ਕੰਮ ਪੈਣ ਭਾਈ ਆ ਜਾ ਵੈਰੀ ਗੁੱਡ ਉਸਤਾਦ ਜੀ ਕੀ ਬਾਤ ਹੈ ਕੀ ਬਾਤ ਵਾਹ 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 ਕੀ ਹੋਇਆ ਉਸਤਾਦ ਜੀ ਸਾਹ ਸੁੱਕੇ ਤੇ ਸੁੱਕੇ ਰਹਿ ਗਏ ਨੇ ਮੇਰੇ ਵਾਹ ਵੈਰੀ ਗੁੱਡ ਉਸਤਾਦ ਜੀ ਮਜ਼ਾ ਆਇਆ ਤੁਹਾਡਾ ਬੇਟਾ ਮੇਰੀ ਵਾਲ ਸੁਣ ਮੈਂ ਬਰਾਰ ਭਾਈ ਨੂੰ ਕਿਹਾ ਸੀ ਕਿ ਬਰਾਰ ਭਾਈ ਜਰਾ ਨੰਬਰ ਬੰਦ ਕਰ ਦਿਓ ਘਰ ਦਾ ਐਡਰੈਸ ਇਹਨਾਂ ਨੇ ਮੈਨੂੰ ਸੈਂਡ ਕਰਤਾ ਸੀ ਮੈਂ ਘਰ ਆ ਗਿਆ ਸੀ ਪਹਿਲੇ ਤੇ ਫਿਰ ਇਹਨਾਂ ਨੂੰ ਭੇਜਿਆ ਮੈਂ ਕਿਹਾ ਜਾਓ ਜਰਾ ਤੇ ਉਸਤਾਦ ਜੀ ਜਿਹੜਾ ਮੈਂ ਹਪਿਆ ਪੂਰਾ ਘੰਟਾ ਇੱਕ ਹਪਿਆ ਹੈਗਾ ਤੈਨੂੰ ਇੱਕ ਗਿਫਟ ਮਿਲਣਾ ਥੋੜਾ ਜਿਹਾ ਤੇਰਾ ਸ਼ੁਗਲ ਕਰ ਲਿਆ ਤੇ ਕੀ ਮੌਤ ਲੱਗੀ ਨਹੀਂ ਉਸਤਾਦ ਜੀ ਕਮ ਤੋਂ ਕਮ ਦੱਸ ਤੇ ਦਿਓ ਮੈਂ ਸ਼ਾਰਟ ਨਹੀਂ ਮੈਂ ਦੱਸ ਦਿਆਂ ਅੱਛਾ ਤੇਰ ਮੈਂ ਦੱਸ ਦਿਆਂ ਵੀ ਮੈਂ ਇਦਾਂ ਕਰਨਾ ਜਿਹੜਾ ਉਸਤਾਦ ਜੀ ਮੇਰੇ ਦਿਲ ਤੇ ਮੈਂ ਕਹਿੰਦਾ ਤੈਨੂੰ ਖੁਸ਼ੀ ਵੀ ਮਿਲੇਗੀ ਪਹਿਲੇ ਤੇ ਤੂੰ ਮੈਂ ਉਹਦੀ ਅੰਮੀ ਦੇਖੀ ਹੈ ਜਿਹੜਾ ਬੱਚਾ ਤੈਨੂੰ ਮਿਲਣਾ ਨਾ ਉਹਦੀ ਅੰਮੀ ਇਸ ਕਿਸਮ ਦੀ ਐਕਟਿਵ ਆ ਕਿ ਮੈਨੂੰ ਨਹੀਂ ਲੱਗ ਰਿਹਾ ਫੈਸਲ
ਬੱਚਾ ਕੀ ਤੂੰ ਉਹਦੀ ਹਵਾਲ ਨੀ ਤੱਕ ਸਕਣਾ ਮਾਵਾਂ ਦੇ ਦਿਲ ਬਹੁਤ ਨਰਮ ਹੁੰਦੇ ਉਸਤਾਦ ਜੀ ਤੁਸੀਂ ਤੇ ਬੱਚਾ ਦੇ ਦੇਗੀ ਆਪਣਾ ਇਬਰਾਰ ਭਾਈ ਜੀ ਜੀ ਲਓ ਜੀ ਇਹ ਇਬਰਾਰ ਭਾਈ ਹੈ ਜਨਾਬ ਨਹੀਂ ਇਬਰਾਰ ਭਾਈ ਤੁਸੀਂ ਵੀ ਨਾ ਮੈਨੂੰ ਯਾਰ ਮਾਲਾ ਜਿਹਾ ਸਾਈਡ ਤੇ ਜਾ ਕੇ ਮੈਸੇਜ ਕਰ ਦਿਓ ਯਾਰ ਜਾਨੀ ਭਾਈ ਨੇ ਕਹਾ ਥਾ ਕਿ ਉਹਨਾਂ ਨੇ ਕੀ ਕਹਿਤਾ ਤੇ ਮੇਰੇ ਨਾਲ ਜਿਹੜਾ ਯਾਨੀ ਕਿ 1 ਮਹੀਨੇ ਦਾ ਮਕਰ ਲੱਗਾ ਮੈਂ ਜਾਨੀ ਭਾਈ ਮੇਰੇ ਉਸਤਾਦ ਹੈ ਦੇਖੇ ਉਸਤਾਦ ਕੀ ਬਾਤ ਯਾਰ ਤੈਨੂੰ ਉਹਨਾਂ ਨੇ ਗਿਫਟ ਐਡਾ ਦੇਣਾ ਤੇ ਉਹਨਾਂ ਨੇ ਐਡੀ ਬਦਤਮੀਜ਼ ਨਾਲ ਗੱਲ ਕਰਨੀ ਮੈਂ ਮਹੀਨੇ ਦਾ ਮਕਰ ਜਿਹੜਾ ਲੱਗਾ ਮੈਂ ਭਾਜੀ ਤਾਂ ਤਮੀਜ਼ ਨਾ ਇਬਰਾਰ ਭਾਈ ਕਹਿ ਇਬਰਾਰ ਭਾਈ ਮੈਂ ਸੌਰੀ ਕਰਨਗਾ ਸੌਰੀ ਭਾਈ ਮੈਂ ਸੌਰੀ ਭਾਜੀ ਮੈਂ ਉੱਚੀ ਬੋਲ ਰਿਹਾ ਮੈਂ ਮਹੀਨਾ ਇੱਕ ਮੈਂ ਅੱਧੀ ਜ਼ਬਾਨ ਨਾਲ ਨੂੰ ਕਹਿਣਾ ਕਿ ਨਹੀਂ ਕੁੱਤਾ ਦੇਣਾ ਤੇ ਉਹਨੇ ਨਹੀਂ ਦੇਣਾ ਫਿਰ ਮੈਂ ਭਾਜੀ ਵੇਖੋ ਨਾ 1 ਮਹੀਨਾ ਹੋ ਗਿਆ ਭਾਜੀ ਤਾਂ ਫਿਰ ਵੀ ਕੁਛ 1 ਮਹੀਨਾ ਮੈਨੇ ਆਪਕੋ ਆਪਨੇ ਮੁਝੇ ਮੈਸੇਜ ਕੀਤਾ ਜੀ ਆਪਕੋ ਮੈਨੇ ਇਸਕੋ ਬਤਾਇਆ ਜੀ ਤੇ ਉਸਤਾਦ ਜੀ ਮੈਂ ਝੂਠ ਤਾਂ ਨਹੀਂ ਬੋਲਿਆ ਉਹਨਾਂ ਕੁਛ ਚਲੋ ਭਾਈਜਾਨ ਅਬ ਕੁੱਤਾ ਜੀ ਅੰਦਰ ਹੈ ਯਹਾਂ ਪੇ ਲੇਕਿਨ ਹਮਨੇ ਯਹਾਂ ਪੇ ਨਹੀਂ ਆਪ ਉੱਪਰ ਹਮ ਛੱਤ ਪੇ ਲੈ ਜਾ ਸਕਤੇ ਹੈ ਛੱਤ ਪੇ ਜਾਏਂਗੇ ਛੱਤ ਪੇ ਲੈ ਜਾ ਕੇ ਹਾਂ ਇੱਕ ਟਾਈਮ ਵੀ ਹੋਗਾ ਤੁਹਾਡਾ ਇੱਕ ਟਾਈਮ ਹੋਗਾ ਕਿ ਭਾਣਾ ਇਹ ਕੁੱਤੀ ਹੈ ਇਹ ਉਹਦਾ ਬੱਚਾ ਵਾ ਇੰਨੇ ਟਾਈਮ 'ਚ ਤੁਸੀਂ ਚੁੱਕਣਾ ਟਾਈਮ ਦੱਸੋ ਕਿੰਨੇ ਚੁੱਕੋਗੇ ਅੱਧੇ ਘੰਟੇ 'ਚ ਅੱਧੇ ਘੰਟੇ 'ਚ ਨਾ ਚੁੱਕਿਆ ਗਿਆ ਤੇ ਕੁੱਤਾ ਉਸ ਤੋਂ ਬਾਅਦ ਮੈਂ ਚੁੱਕ ਲਵਾਂ ਫ੍ਰੀ ਚੁੱਕ ਲੈ ਮਿੱਠਾ ਚੁੱਕ ਲੈ ਉਹਦਾ ਖੂਨ ਦੀ ਪਿਆਸੀ ਆ ਉਹ ਤੇਰੇ ਦੀ ਮੈਨੂੰ ਲੱਗਦਾ ਉਹਨੂੰ ਪਹਿਲੇ ਕਿਸੇ ਨੇ ਦੱਸਤਾ ਉਸਤਾਦ ਜੀ ਮੇਰੇ ਵੇਖੋ ਲੌਂਗਟੇ ਕਿੰਨਾ ਖੜੇ ਹੋ ਗਏ ਕੁੱਤਾ ਮੈਨੂੰ ਦਿਖਾ ਦਿਓ ਬਸ ਕੁੱਤਾ ਵੇਖਣਾ ਤੂੰ ਆਹੋ ਆ ਤੈਨੂੰ ਪਹਿਲੇ ਮੈਂ ਕੁੱਤਾ ਵਿਖਾਉਂਦਾ ਤੇਰਾ ਮੁੰਡਾ ਚੁੱਕਣ ਆਇਆ ਈ ਆ ਤੇਰਾ ਮੁੰਡਾ ਚੁੱਕਣ ਆਇਆ ਈ ਆ ਗੰਦੀ ਨਸਲ ਤੇਰਾ ਪੁੱਤਰ ਵਿਛੋੜਨ ਆਇਆ ਤੇਰੇ ਤੁਸੀਂ ਉਹਦੇ ਪਹਿਲੇ ਹੀ ਕੰਨ ਭਰਨ ਡੇ ਉਸਤਾਦ ਜੀ ਮਾਂ ਆਓ ਛੱਡ ਦਿਓ ਤੁਸੀਂ ਲੇਕਿਨ ਉਸਤਾਦ ਜੀ ਥੋੜ੍ਹਾ ਜਿਹਾ ਸਾਥ ਮੇਰੇ ਨੂੰ ਦਿਓ ਨਾ ਤੁਸੀਂ ਕੀ ਇਹਨੂੰ ਤੁਸੀਂ ਲੈ ਜਾਓ ਬਾਹਰ ਘੁਮਾਉਣ ਵਾਸਤੇ ਇਹਨੂੰ ਹਾਂਜੀ ਮੈਂ ਬਾਹਰ ਲੈ ਜਾ ਆਓ ਤੇ ਮੈਨੂੰ ਕਿਹਨੇ ਲੈ ਕੇ ਆਉਣਾ ਫਿਰ ਬਾਹਰੋਂ ਇੱਕ ਮਿੰਟ ਠਹਿਰ ਜੀ ਉਸਤਾਦ ਜੀ ਅੱਗੇ ਹੋ ਗਏ ਹਾਂ ਹਾਂ ਕੀ ਹਾਲ ਆ ਮੈਂ ਨਾ ਮੁੰਡੇ ਨੂੰ ਸਿਰਫ ਚੀਜ਼ ਦਵਾ ਕੇ ਪਿਆਰ ਦੇ ਸਿਰ ਤੇ ਪਿਆਰ ਦੇ ਮੈਂ ਨਾ ਮੁੰਡੇ ਨੂੰ ਸਿਰਫ ਚੀਜ਼ ਦਵਾ ਕੇ ਲਿਆਣੀ ਹੈ ਤੇ ਮੈਂ ਹੁਣ ਹੀ ਚੜ ਜਾਊਂਗਾ ਪਹਿਲੇ ਨੂੰ ਕਿੱਧਰ ਗਏ ਹੋ ਅਬਰਾਰ ਭਾਈ ਇਸਕੋ ਉੱਪਰ ਲੈ ਕੇ ਆਏ ਆ ਜਾਓ ਨਾਦਰੀ ਫੈਸਲ ਭਾਈ ਇਹ ਨਾ ਇਹ ਉਸਕਾ ਬਾਪ ਹੈ ਬੱਚੋਂ ਕਾ ਠੀਕ ਹੈ ਪਹਿਲੇ ਆਪਨੇ ਇਸਸੇ ਇਜਾਜ਼ਤ ਲੈਣੀ ਹੈ ਔਰ ਫਿਰ ਬਾਅਦ ਮੇਂ ਵੋ ਮਦਰ ਹੈ ਉਸਕੀ ਵੋ ਅੰਦਰ ਬੱਚੇ ਪੜੇ ਹੋਏ ਹੈ ਆਪਨੇ ਵਹਾਂ ਸੇ ਇਸਕੋ ਖੋਲਣਾ ਹੈ ਅੰਦਰ ਜਾ ਕੇ ਬੱਚਾ ਨਿਕਾਲਣਾ ਹੈ ਔਰ ਜਾਨੀ ਸਾਹਿਬ ਕੋਲੋਂ ਮਿੱਠੇ ਕੋਲੋਂ ਜਾਂ ਫਰੀਦ ਕੋਲੋਂ ਮੇਰੀ ਸਵਾਰੀ ਤਾਂ ਨਹੀਂ ਲਈ ਤੂੰ ਉਹ ਨਹੀਂ ਕੁਛ ਵੀ ਨਹੀਂ ਕਹਿੰਦੀ ਬਸ ਇਹ ਗੋਸ਼ਤ ਉਹਨਾਂ ਦਾ ਮੁੱਕਿਆ ਸੀ ਈਦ ਤੇ ਮੈਂ ਇਕੱਠਾ ਇਕੱਠਾ ਕੀਤਾ ਸੀ ਥੋੜ੍ਹਾ ਜਿਹਾ ਤੁਸੀਂ ਵੀ ਖਾਣਾ ਵੈਸੇ ਨਹੀਂ ਉਹ ਗੋਸ਼ਤ ਮੈਂ ਈਦ ਤੇ ਇਕੱਠਾ ਕੀਤਾ ਸੀ ਤੇ ਉਹ ਮੁੱਕ ਗਿਆ ਸੀ ਮੈਂ ਕਿਹਾ ਫੈਸਲ ਭਾਈ ਨੂੰ ਬੁਲਾਉਂਦੇ ਹਾਂ ਤੋ ਇਹਨਾਂ ਦਾ ਵਿਚਾਰਿਆਂ ਦਾ ਗੁਜ਼ਾਰਾ ਉਸਤਾਦ ਜੀ ਕਹਿੰਦਾ ਉਹ ਉਥੋਂ ਕੱਢਣਾ ਬੱਚਾ ਲੈ ਇਹ ਕੌਣ ਨੇ ਇਹ ਇਸਕਾ ਫਾਦਰ ਹੈ ਜਿਹੜਾ ਬੱਚਾ ਨੇ ਦੇਣਾ ਜੀ ਉਸਕਾ ਇਹ ਬਾਪ ਹੈ ਜੀ ਇਹ ਰਿਸ਼ਤੇਦਾਰ ਉਹਦੇ ਬਾਕੀ ਦੇ ਇਹ ਉਸਕੀ ਖਾਲਾਏ ਹੈ ਓਕੇ ਔਰ ਉਹ ਮਦਰ ਹੈ ਲੈ ਔਰ ਬੱਚਾ ਇਹਨੇ ਕਿੱਥੋਂ ਚੁੱਕਣਾ ਹੈ ਉਹ ਅੰਦਰ ਕੇਸ ਹੈ ਉਧਰੋਂ ਚੁੱਕਣਾ ਨੇ ਅੰਦਰੋਂ ਆਪ ਅੰਦਰ ਜਾ ਕੇ ਜੀ ਉਸਤਾਦ ਜੀ ਇਹ ਤਾਂ ਨਾ ਦੇਣ ਵਾਲੀਆਂ ਗੱਲਾਂ ਨੇ ਨਾ ਦੇਣ ਵਾਲੀਆਂ ਗੱਲਾਂ ਇਹ ਤਾਂ ਨਾ ਤਾਂ ਤੁਸੀਂ ਨਾ ਹੀ ਲੈ ਕੇ ਆਉਂਦੇ ਪਿੰਡੀਓਂ ਮੈਨੂੰ ਫਿਰ ਤੁਸੀਂ ਮੈਂ ਤੈਨੂੰ ਉੱਥੇ ਕਿਹਾ ਸੀ ਕਿ ਅਬਰਾਰ ਭਾਈ ਨੇ ਕਿਹਾ ਇਸ ਸ਼ਰਤ ਤੇ ਆਉਣਾ ਤੇ ਤੂੰ ਉਹ ਸ਼ਰਤ ਮੰਨੀ ਤੇ ਆਇਆ ਨਾ ਤੇ ਉਹ ਇਕੱਦਾਂ ਹੋਵੇ ਤੇ ਚੁੱਕ ਲਈ ਉਹ ਤਾਂ ਚਾਰ ਜਣੇ ਨੇ ਇੱਕਾ ਸਿਰਫ ਉਹਦੀ ਮਾਂ ਦੇ ਕੋਲੋਂ ਜਾਂ ਪਿਓ ਕੋਲੋਂ ਪਿਓ ਠੀਕ ਆ ਪਿਓ ਜਲਦੀ ਤੇਰਾ ਕੰਮ ਤਮਾਮ ਕਰ ਦੇਗਾ ਉਹਨੇ ਤੈਨੂੰ ਬੋਲਣਾ ਬਹੁਤਾ ਵਾ ਗੱਲ ਮੁੱਕ ਗਈ ਜੀ ਇੱਥੋਂ ਮੇਰਾ ਪਿਓ ਵੀ ਨਹੀਂ ਲਿਜਾ ਸਕਦਾ ਉਹਦੇ ਪਿਓ ਕੋ ਉਹਦੇ ਪਿਓ ਕੋਲੋਂ ਉਸਤਾਦ ਜੀ ਪਿਓ ਦਾਦਾ ਪਰਦਾਦਾ ਪਰਦਾਦਾ ਦਗੜ ਦਾਦਾ ਦਾਦਾ ਦਿੰਦਾ ਕੋਈ ਵੀ ਨਹੀਂ ਲਿਜਾ ਸਕਦਾ ਵੇਖ ਤੇ ਸਹੀ ਪ੍ਰਿੰਸ ਭਾਈ ਇਹ ਤੁਹਾਰੇ ਬੱਚੋਂ ਕਾ ਦੁਸ਼ਮਣ ਤੁਸੀਂ ਮੇਰੇ ਦੁਸ਼ਮਣ ਹੋ ਕੈਸੀ ਗੱਲ ਹੈ ਹੈ ਮੈਂ ਵੀ ਇਹਨਾਂ ਦਾ ਦੁਸ਼ਮਣ ਇਧਰੋਂ ਤੁਹਾਡਾ ਵੀ ਹਨਾ ਯਾਰ ਉਹਦਾ ਪੁੱਤਰ ਲੈ ਕੇ ਚੱਲਾਂ ਉਹਨੂੰ ਕੁਛ ਤੇ ਉਹਨੂੰ ਉਹਦਾ ਪਿਆਰ ਕਰ ਉਹਦੇ ਨਾਲ ਮੈਂ ਪ੍ਰਿੰਸ ਭਾਈ ਭਾਈ ਪ੍ਰਿੰਸ ਜੀ ਪ੍ਰਿੰਸ ਉਹਨੂੰ ਕਿ ਜੀ ਪ੍ਰਿੰਸ ਜੀ ਪ੍ਰਿੰਸ ਉਹ ਤਾਂ ਮੂੰਹ ਨਹੀਂ ਲਾਉਣ ਡਿਆ ਸਾਨੂੰ ਮੂੰਹ ਲਾ ਲਵੇ ਫਿਰ ਹੱਥ ਅੱਗੇ ਕਰ ਤੈਨੂੰ ਮੂੰਹ ਲਾਉਂਦਾ ਵੇਖੀ ਭਾਈ ਬਰਾਰ ਜੀ ਜੀ ਜੇ ਮੁੱਲ ਲੈਣਾ ਹੋਵੇ ਤਾਂ ਕਿੰਨੇ ਕੁ ਦਾ ਵਾ ਮੁੱਲ 90,000 ਦਾ ਆਪੇ ਤੁਸੀਂ ਆਖਿਆ 90,000 ਦਾ ਨਿੱਕਾ ਜਿਹਾ ਬੱਚਾ ਲੈਣਾ ਮੈਂ ਤੇਰੇ ਸਾਰੇ ਕੁੱਤੇ ਵਿਕਵਾਉਂਗਾ ਅਸੀਂ ਆਪਣੇ ਚੈਨਲ ਦਾ ਦੱਸਾਂਗੇ ਬਰਾਰ ਭਾਈ ਕੋ ਕੁੱਤੇ ਹੈਗੇ ਨੇ ਸਾਰੇ ਯਾਨੀ ਕਿ ਤੇਰੇ ਕੋਲ ਲੈਣਗੇ ਸੀ ਬਸ ਯਾਰ ਤੁਸੀਂ ਲਿਆਓ ਇਹਦੀ ਮਾਂ ਹੁਣ ਮਾਂ ਦੇ ਕੋਲੋਂ ਚੁੱਕਣੇ ਕਿ ਪਿਓ ਦੇ ਉਸਤਾਦ ਜੀ ਮਾਂ ਦੇ ਕੋਲੋਂ ਚੁੱਕਣਾ ਕਿ ਪਿਓ ਦੇ ਜਲਦੀ ਇੱਕ ਦੱਸ ਮੈਂ ਇਕੱਲੇ ਨੂੰ ਚੁੱਕਣਾ ਤੂੰ ਉੱਥੋਂ ਸਾਰਾ ਸਮਾਨ ਆਪਣਾ ਬੈਗ ਲੈ ਕੇ ਆਇਆ ਆਹੋ ਆ ਰਸੀ ਵੀ ਲੈ ਕੇ ਰਸੀ ਵੀ ਲੈ ਕੇ ਆਇਆ ਥੈਲਾ ਵੀ ਤੂੰ ਲੈ ਕੇ ਆਇਆ ਸਾਰਾ ਕੁਝ ਆਹੋ ਪਿਆ ਹੋਇਆ ਹਾਂ ਤੇ ਉਹ ਤੂੰ ਕਾਹਤੋਂ ਲੈ ਕੇ ਆਇਆ ਹੁਣ ਤੂੰ ਦੱਸ ਪਿਓ ਕੋ ਚੁੱਕਣਾ ਕਿ ਮਾਂ ਕੋ ਕੋਈ ਇਹਨਾਂ ਦਾ ਹੋਰ ਨਹੀਂ ਰਿਸ਼ਤੇਦਾਰ ਕੋਈ ਕੁਸਤ ਜਿਹਾ
ਕੋਈ ਗੁਲਟਰੀਆ ਟੈਪ ਨਹੀਂ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਰੂਸੀ ਟੈਪ ਯਾਰ ਤੂੰ ਪਿਓ ਕੋਲੋਂ ਚੁੱਕਣਾ ਹੈ ਕਿ ਮਾਂ ਕੋਲੋਂ ਮਾਂ ਕੋਲੋਂ ਚੁੱਕੂੰਗਾ ਆ ਜਾ ਆ ਜਾ ਜੀ ਮਾਂ ਦੇ ਕੋਲੋਂ ਚੁੱਕੂੰਗਾ ਲਓ ਜੀ ਫੈਸਲ ਸਾਹਿਬ ਉਹ ਮਾਂ ਉਧਰੋਂ ਕੱਢ ਕੇ ਉਹਨਾਂ ਨੇ ਇੱਧਰ ਕਰਤੀ ਹੈ ਮਾਂ ਵੀ ਪੂਰੇ ਦਿਨਾਂ ਦੀ ਲੱਗਣ ਡਈ ਫੈਸਲ ਇਹਨੇ ਕਿੱਥੋਂ ਲੈ ਜਾਣ ਦੇਣਾ ਮੈਨੂੰ ਤੇ ਬੱਚੇ ਕਿੱਥੇ ਨੇ ਬੱਚੇ ਬੱਚੇ ਹੁਣ ਤੂੰ ਇਹ ਦੱਸ ਵੀ ਬੱਚਾ ਆ ਗਿਆ ਇਹਦੇ ਅੰਦਰੋਂ ਬੱਚਾ ਚੁੱਕਣਾ ਜਾਂ ਇਹਨੂੰ ਬਾਹਰ ਕੱਢ ਲਈਏ ਖੋਲ ਦਈਏ ਇਹਨੂੰ ਬਾਹਰ ਕੱਢ ਦੋ ਇਸ ਤਰ੍ਹਾਂ ਕਰਦੇ ਮੇਰੀ ਗੱਲ ਸੁਣ ਅਸੀਂ ਸਾਰੇ ਛੱਤ ਤੋਂ ਥੱਲੇ ਚਲੇ ਜਾਂਦੇ ਹਾਂ ਅੰਦਰੋਂ ਕੁੰਡੀ ਲਾ ਲੈਣੇ ਦਰਵਾਜ਼ੇ ਵਾਲੀ ਪੌੜੀਆਂ ਲਈ ਕੁੰਡੀ ਲਾ ਦੇਣੇ ਅੰਦਰੋਂ ਉੱਤੇ ਤਿੰਨ ਜਣੇ ਹੋਣਗੇ ਤੂੰ ਇਹਦੀ ਮਾਂ ਤੇ ਬੱਚਾ ਜਿਹੜਾ ਬਚ ਗਿਆ ਉਹ ਸਾਨੂੰ ਵਾਪਸ ਚੱਲ ਜਾਏਗਾ ਨਹੀਂ ਨਾ ਮੇਰੀ ਗੱਲ ਸੁਣੋ ਨਾ ਤੁਸੀਂ ਇਹਨੂੰ ਬਾਹਰ ਕੱਢੋ ਕੱਢ ਲਿਆ ਬੱਚਾ ਅੰਦਰ ਵਾੜ ਦੋ ਪਿੰਜਰੇ 'ਚ ਠੀਕ ਹੈ ਤੇ ਮੈਂ ਪਿੰਜਰੇ 'ਚੋਂ ਕੱਢ ਕੇ ਲੈ ਜਾਊਂਗਾ ਤੇ ਇਹ ਜਦੋਂ ਬਾਹਰ ਹੋਏਗੀ ਤੇ ਤੂੰ ਲੈ ਜਾਏਗਾ ਕਿੱਦਾਂ ਬੜਾ ਦੇਖ ਲੈ ਤੇਰੇ ਕੋਲ ਦੋ ਚਾਰ ਮਿੰਟਾਂ ਨੂੰ ਮਨਾ ਲਾ ਜੇ ਮੰਨਦੀ ਆ ਤੇ ਭਾਈ ਮੇਰੀ ਗੱਲ ਸੁਣ ਆਹ ਵੇਖ ਲੈ ਮੇਰੇ ਆਹ ਬੱਧੇ ਹੱਥ ਵੇਖ ਲੈ ਮੇਰੇ ਮੈਂ ਤੇਰੇ ਬੱਚੇ ਨੂੰ ਇੰਜ ਪਾਲਾਂਗਾ ਕਿ ਫਖਰ ਹੋਏਗਾ ਤੈਨੂੰ ਕਿ ਵਾਕਈ ਕਿਸੇ ਅੱਛੇ ਬੰਦੇ ਨੂੰ ਮਾਮੂ ਕੋ ਆ ਮਾਮੂ ਕੋ ਮਿੱਠੇ ਕੋ ਜਾਣਾ ਵਾ ਮੈਂ ਤੈਨੂੰ ਕਹਿਣ ਡਿਆ ਵਾ ਓਏ ਆ ਖੁੱਲਾ ਭਾਈ ਹੈਲੋ ਓਏ ਇਹਨੂੰ ਤਾਂ ਬੰਦ ਕਰੋ ਯਾਰ ਤੁਸੀਂ ਬੰਦ ਦੇ ਬੰਦ ਦੇ ਲੈ ਬੰਦ ਦੇ ਨਹੀਂ ਬੰਦ ਦੇ ਬੰਦ ਦੇ ਸੱਤੀ ਉਹ ਖੋਲੇ ਹੋਇਆ ਓਏ ਓਏ ਯਾਰ ਬੰਦ ਦਾ ਛੱਡ ਦੇ ਤੂੰ ਛੱਡ ਦੇ ਉਹ ਬੰਦ ਨਹੀਂ ਕਹਿੰਦੇ ਬੰਨ ਦੇ ਬੰਨ ਦੇ ਅੱਛਾ ਛੱਡ ਦੇ ਛੱਡ ਦੇ ਛੱਡ ਦੇ ਤੈਨੂੰ ਇੰਜ ਲੱਗੂਗਾ ਕਿ ਜਿਵੇਂ ਮੈਂ ਨਾ ਤੇਰੇ ਕੋਈ ਆ ਮੈਂ ਇੰਨੇ ਪਿਆਰ ਨਾਲ ਪਾਲੂਗਾ ਕੁੱਤਾ ਤੇਰਾ ਤੇਰੇ ਮੁੰਡੇ ਨੂੰ ਮੈਂ ਬੜੇ ਪਿਆਰ ਨਾਲ ਪਾਲੂ ਤੇ ਉਹਨੂੰ ਮੈਂ ਹਨਾ ਇੱਕ ਉਹਦੀ ਤਰਬੀਅਤ ਕਰਕੇ ਇੱਕ ਵੱਡਾ ਕੁੱਤਾ ਬਣਾਉਂਗਾ ਨਹੀਂ ਭਾਜੀ ਤੂੰ ਮੇਰੀ ਮੰਨ ਤੇ ਸਹੀ ਮੈਂ ਤੈਨੂੰ ਕਹਿਣ ਡਿਆ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਮੈਂ ਉਹ ਪੈਕਟ ਵੀ ਮੰਗਵਾ ਲਿਆ ਵਾ 4800 ਰੁਪਏ ਦਾ ਆਇਆ ਵਾ ਹਾਂਜੀ ਕੀ ਬਣਿਆ ਹੁਣ ਭਾਜੀ ਉਹ ਕਿੱਥੋਂ ਸਮਝ ਉਹ ਜ਼ਬਾਨ ਸਮਝਦੀ ਭਲਾ ਨਹੀਂ ਤੁਸੀਂ ਦੱਸੋ ਸਮਝਦੀ ਹੈ ਤੇ ਉਦੋਂ ਦਾ ਪੌਣਾ ਘੰਟਾ ਹੋ ਗਿਆ ਕਾਹ ਤੋਂ ਲੱਗਾ ਸੀ ਫਿਰ ਉਹਨਾਂ ਜੇ ਨਹੀਂ ਸਮਝਦੀ ਤੈਨੂੰ ਹੁਣ ਪਤਾ ਲੱਗਾ ਵੀ ਨਹੀਂ ਸਮਝਦੀ ਤੇ ਬੱਚਾ ਬਾਹਰ ਹੀ ਉਹਨੂੰ ਕੋ ਬਾਹਰੋਂ ਫੜਾ ਦੇਵੇ ਇਹ ਬਾਹਰੋਂ ਨੇ ਨਹੀਂ ਫੜਾਉਣਾ 90,000 ਰੁਪਏ ਦੀ ਇੱਕ ਚੀਜ਼ ਤੈਨੂੰ ਬਾਹਰੋਂ ਫੜਾ ਦੇਵੇ ਲੱਗਾ ਤੂੰ ਆਂਢੀਆਂ ਗਵਾਂਢੀਆਂ ਨੂੰ ਵੀ ਸੁਣਾਉਣ ਸਾਰਾ ਕੁਝ ਅਗਲੇ ਨੇ ਪਹਿਲੇ ਗੱਲ ਕੀਤੀ ਭੈਣ ਉਹਦੀ ਮਾਂ ਦੇ ਕੋਲ ਬਰਾਰ ਭਾਈ ਉਰੇ ਆਓ ਬਰਾਰ ਭਾਈ ਜੀ ਜੀ ਕੋਈ ਰਹਿਤ ਹੋ ਸਕਦੀ ਹੈ ਨਹੀਂ ਜੋ ਡੀਲ ਹੋਈ ਹੈ ਉਹ ਉਸੇ ਡੀਲ ਕੇ ਉੱਪਰ ਬੱਚਾ ਦੇ ਰਹੇ ਹੈ ਪੈਸੇ ਲਵੋ ਨਾ ਪੈਸੇ ਲਵੋ ਪੈਸੇ ਨਾ ਉਹ ਵੇਚਦੇ ਹੀ ਨਹੀਂ ਉਹਨਾਂ ਨੇ ਗਿਫਟ ਦੇਣਾ ਉਹ ਕਹਿੰਦੇ ਨਹੀਂ ਤੇ ਉਹਨਾਂ ਨੇ ਕਿਹਾ ਸੀ ਕੁੱਤੇ ਵੇਚਦੇ ਆ ਨਹੀਂ ਉਹ ਤਾਂ 90,000 ਰੁਪਇਆ ਆਪਨੇ ਦੇਣਾ ਹੈ ਤਾਂ ਫਿਰ ਲੈ ਜਾ 90,000 ਦਾ ਲੈ ਲਾ ਜਾਂ 90,000 ਦਾ ਲੈ ਲਾ ਜਾਂ ਉਹਦੀ ਮਾਂ ਦੇ ਕੋਲੋਂ ਚੁੱਕ ਲਾ ਕੋਈ ਘਾਟਾ ਵਾਦਾ 90,000 ਦਾ ਦੇਖੋ ਕਿੰਨੇ ਆ ਇਹਨੂੰ ਗੱਡੀ ਕਿਸ਼ਤਾਂ ਤੇ ਲੈ ਲਾ ਉਸਤਾਦ ਜੀ ਹਾਂ ਗੱਡੀ ਕਿਸ਼ਤਾਂ ਤੇ ਲੈ ਲਾ 70 ਕਿਹੜੀ 70 ਹਾਂਜੀ ਦੱਸੋ ਨਹੀਂ ਨਹੀਂ 70 ਮੇਰੇ ਕੋਲ ਹੈਗੀ ਏ ਦੋ ਹੈਗੀ ਉਹ ਮੈਨੂੰ ਦੇ ਦੇ ਉਹ ਦੇ ਦੇ ਮੈਨੂੰ ਉਹ ਵੀ ਕਿਉਂਕਿ ਵੱਡੇ ਭਰਾ ਕੋ ਚੁੱਕਣੀ ਹਾਂ ਯਾਰ ਕੋਈ ਸ਼ਰਤਾਂ ਹੀ ਸ਼ਰਤਾਂ ਰੱਖੀ ਜਾਣ ਡਏ ਹੋ ਮੇਰੀ ਗੱਲ ਸੁਣੋ ਬਰਾਰ ਸਾਹਿਬ ਕੋਈ ਲਚਕ ਹੈ ਕਿ ਤੁਸੀਂ ਬੱਚਾ ਵੈਸੇ ਸਾਨੂੰ ਦੇ ਦਿਓ ਨਹੀਂ ਬੱਚਾ ਇਸਕੇ ਪਾਸ ਮੈਂ ਛੋੜ ਦੇਤਾ ਹੂੰ ਨਾ ਇਸਕੋ ਖੋਲਤੇ ਹੈ ਇਧਰ ਬਾਹਰ ਖੋਲਣਾ ਕਿਉਂ ਯਾਰ ਉਹ ਅੰਦਰ ਵਿਚਾਰੀ ਚੰਗੀ ਨਹੀਂ ਲੱਗਦੀ ਤੈਨੂੰ ਨਹੀਂ ਇਹ ਤਾਂ ਫਿਰ ਸ਼ਰਤ ਤਾਂ ਨਹੀਂ ਨਾ ਪੂਰੀ ਹੋ ਗਈ ਫਿਰ ਚਲੇ ਐਸਾ ਕਰਤੇ ਹੈ ਇਸਕੋ ਖੋਲਤੇ ਹੈ ਔਰ ਆਪ ਇਸਕੋ ਪਕੜ ਕੇ ਜ਼ਰਾ ਵਾਕ ਕਰੇ ਤੋ ਫਿਰ ਆਪ ਲਓ ਜੀ ਲਓ ਜੀ ਉਸਤਾਦ ਜੀ ਵਾਕ ਕਰ ਦੋ ਤੁਹਾਨੂੰ ਮਿੰਟ ਲਗਣਾ ਲਓ ਜੀ ਇਹਨੂੰ ਇਹਨੂੰ ਤੂੰ ਤੁਸੀਂ ਤੁਹਾਡਾ ਕਹਿ ਰਿਹਾ ਮੇਰਾ ਵਾਕ ਹਾਂਜੀ ਵਾਹ ਉਹ ਕੁਝ ਨਹੀਂ ਕਹੇਗੀ ਵੈਸੇ ਉਹ ਕਹਿਣ ਲੱਗ ਕਰੇ ਮੈਨੂੰ ਸੁਣ ਕੇ ਆਵਾਕ ਆਉਣ ਲੱਗ ਪਏ ਆ ਬਾਹਰ ਮੈਂ ਨਹੀਂ ਕਹਿੰਦੀ ਕੁਛ ਮੈਂ ਕਹਿਣ ਦੇ ਕੀ ਨਹੀਂ ਕਹਿੰਦੀ ਕੁਛ ਕੀ ਨਹੀਂ ਕਹਿੰਦੀ ਕੁਛ ਮੇਰੀ ਖਾਤਰ ਨਹੀਂ ਕਰ ਸਕਦਾ ਨਹੀਂ ਉਹ ਬੁਲਾਓ ਮੇਰੇ ਸ਼ਿਕਰੇ ਦੋ ਭਰਾ ਉਹਨਾਂ ਨੂੰ ਪੁੱਛ ਲਾ ਉਹਨਾਂ ਨੂੰ ਮੈਂ ਪੁੱਛ ਲਾਂਗਾ ਫਰੀ ਇਧਰ ਆ ਯਾਰ ਫਰੀ ਦੱਸ ਬਸ ਕਰੋ ਉਸਤਾਦ ਜੀ ਮੈਂ ਵੇਖ ਲਿਆ ਤੁਹਾਨੂੰ ਵੇਖ ਲਿਆ ਤੁਸੀਂ ਜਿੰਨੀ ਕੁ ਮੁਹੱਬਤ ਕਰਦੇ ਹੋ ਮੇਰੇ ਨਾਲ ਪਹਿਲੇ ਨੰਬਰ ਬੰਦ ਕਰਾਇਆ ਕਹਿ ਗਏ ਠੀਕ ਹੈ ਫਿਰ ਮਾਲਾ ਕਿੱਡਾ ਮਾਲਾ ਯਾਰ ਚੇਜ਼ ਦਾ ਕਹਿੰਦੇ ਕੁੱਤੇ ਉਹਦੇ ਕੋਲੋਂ ਚੁੱਕਣਾ ਵਾ ਯਾਰ ਇੰਜ ਚੁੱਕਿਆ ਜਾਂਦਾ ਤੂੰ ਆਪ ਹਿਸਾਬ ਲਾ ਮਿੱਠੇ ਯਾਰ ਉਹ ਕੀਤਾ ਸੀ ਜਸਟ ਇਹਨਾਂ ਸ਼ੁਕਲ ਤੁਹਾਨੂੰ ਥੋੜਾ ਮਜ਼ਾਕ ਕਿਤੇ ਭਾਜੀ ਮੇਰੇ ਸੁਣੋ ਗੱਲ ਤੁਸੀਂ ਕੁੱਤੇ ਨੂੰ ਦੇਣਾ ਵਾ ਨਾ ਤੇ ਕੁਝ ਸੋਚ ਸਮਝ ਕੇ ਦੇਣਾ ਵਾ ਯਾਰ ਮਿੱਠੇ ਇੱਕ ਮਿੰਟ ਯਾਰ ਚੁੱਕਣਾ ਵਾ ਆਪਾਂ ਨੇ ਮੈਂ ਬੱਚਾ ਤੂੰ ਚੁੱਕ ਲੈ ਚੱਲ ਇੰਜ ਕਰ ਲੈ ਮੈਂ ਲੈ ਚੁੱਕੇ ਨਹੀਂ ਤੂੰ ਕਿੱਥੋਂ ਚੁੱਕ ਲੈ ਜੇ ਤੂੰ ਚੁੱਕ ਕੇ ਮੈਨੂੰ ਦੇ ਦੇਈ ਅੱਛਾ ਚੁੱਕ ਕੇ ਤੈਨੂੰ ਦੇ ਦਵਾਂ ਕਿਉਂ ਵਜਾ ਯਾਰ ਤੁਸੀਂ ਮੇਰੇ ਕਾਦੇ ਭਰਾ ਹੋ ਤੁਸੀਂ ਮੇਰੇ ਕਾਦੇ ਭਰਾ ਓਏ ਇੱਕ ਮਿੰਟ ਮੈਂ ਗੱਲ ਕਰਨ ਨੂੰ ਡਿਆ ਮੈਂ ਕੋ ਹੋਰ ਇਹ ਚ ਕੋ ਹੋਰ ਸ਼ੇਕ ਵਾਰਦੇ ਕੋ ਹੋਰ ਕੋ ਲਚਕ ਪਾਉਂਦੇ ਆ ਭਾਈ ਬਰਾਰ ਮੇਰੀ ਸੁਣੋ ਗੱਲ ਜੀ ਜੀ ਤੂੰ ਇਹਨੂੰ ਕੁੱਤਾ ਦੇ ਦੇ ਉਦਾਂ ਹੀ ਦੇ ਦੇ ਕਹਿ ਸੀ ਤੇਰੀ ਤਕਲੇ ਵਰਗੀ ਸ਼ਕਲ ਹੈ ਮੇਰਾ ਭਾਈ ਓ ਯਾਰ ਬਕਵਾਸ ਨਾ ਕਰ ਯਾਰ ਤੂੰ ਕਾਹ ਤੋਂ ਯਾਰ ਜੁਗਤਾ ਕਰਨ ਡਿਆ ਮੈਂ ਤੁਹਾਡੇ ਵਾਲੀ ਗੱਲ ਕਰਨ ਡਿਆ ਇੱਕ ਮਿੰਟ ਸਬਰ ਤੇ ਕਰੋ ਯਾਰ ਮਿੱਠੇ ਗੱਲ ਸੁਣੀ ਯਾਰ
ਕਿਤੇ ਥਾਂ ਥਾਂ ਵੇਖ ਲਈ ਦੀ ਹੁੰਦੀ ਨਾ ਕਰਿਆ ਕਰੋ ਯਾਰ ਉਹਨੇ ਤੁਹਾਨੂੰ ਕਿਉਂ ਗਿਫਟ ਦੇਣ ਡੇ ਤੁਹਾਡੇ ਸ਼ੁਗਰ ਮੇਲੇ ਦੀ ਵਜ੍ਹਾ ਤੋਂ ਦੇਣ ਡੇ ਨਾ ਹਾਂਜੀ ਤਾਂ ਮੈਂ ਵੀ ਸ਼ੁਗਰ ਮੇਲੇ ਕਰਨਾ ਕੈਸੀ ਸੁਵੇਅਰ ਕੀ ਸ਼ਕਲ ਆ ਭਾਈ ਉਹ ਯਾਰ ਮਿੱਠੇ ਨਾ ਕਰ ਮੇਰਾ ਵੀਰ ਤੁਸੀਂ ਫੈਸਲ ਭਾਈ ਐਂ ਕੁੱਤਾ ਨਹੀਂ ਜੇ ਲੱਭਣਾ ਨਹੀਂ ਤੁਸੀਂ ਕੁੱਤਾ ਕਿਉਂ ਨਹੀਂ ਦੇਣਾ ਵਜ੍ਹਾ ਨਹੀਂ ਐ ਤੁਸੀਂ ਮੈਨੂੰ ਜੁਗਤਾ ਮਾਰੀ ਜਾ ਰਹੇ ਹੋ ਅਸੀਂ ਫੈਸਲਾਬਾਦ ਦੇ ਥੋੜੀ ਹੈਗੇ ਆ ਉਹ ਸਾਡਾ ਕੰਮ ਹੀ ਜੁਗਤਾ ਦਾ ਲਾਹਨਤ ਪਾ ਤੂੰ ਕੁੱਤੇ ਦੇ ਸਹੀ ਕਿਤੇ ਉਹ ਯਾਰ ਤੂੰ ਜਾ ਮੈਂ ਤੇਰੇ ਤੇ ਲਾਹਨਤ ਪਾਣਾ ਚੱਲ ਉਹਨੂੰ ਭੇਜ ਫਿਰ ਕਿਉਂ ਭੇਜਾਂ ਮੈਂ ਤਾਂ ਲੈ ਕੇ ਦੇਣਾ ਕੁੱਤਾ ਤੂੰ ਕੁੱਤਾ ਕਿਉਂ ਨਹੀਂ ਦੇਣਾ ਦੱਸ ਕੋਈ ਨਹੀਂ ਦੇਣਾ ਉਹ ਯਾਰ ਨਾ ਕਰ ਮਿੱਠੇ ਵਿੱਚ ਯਾਰ ਚਮਲਾ ਮਾਰਨ ਡਿਆ ਵਾ ਯਾਰ ਤੇਰੀ ਕੈਸੀ ਛੋਟੀ ਉਹ ਨਾ ਕਰ ਜਾਣ ਦੇ ਗੁੱਸੇ ਨੂੰ ਅੱਛਾ ਤੇਰੀ ਸਾਈਡ ਲਈਏ ਤਾਂ ਵੀ ਅਸੀਂ ਪਾਗਲ ਨਾ ਲਈਏ ਤਾਂ ਵੀ ਪਾਗਲ ਸਾਈਡ ਤੂੰ ਇਹਨੂੰ ਨਾ ਹੀ ਲੈ ਸਾਈਡ ਤੂੰ ਚੱਲ ਜਾ ਕੰਮ ਤੇ ਆ ਤੇਰੀ ਕੈਸੀ ਛੋਟੀ ਕੈਂਚੀਰ ਕੀ ਸ਼ਕਲ ਦੇਖ ਕੁੱਤਾ ਚਲਾ ਨਹੀਂ ਨਹੀਂ ਮੈਂ ਨਹੀਂ ਹੁਣ ਦੇਣਾ ਉਹ ਇਹਦੇ ਆਇਆ ਤੂੰ ਲੈ ਕੇ ਦੇ ਇਹਨੂੰ ਇਹਨੂੰ ਲੈ ਜਾ ਇਹਨੂੰ ਲੈ ਜਾ ਚਵਲ ਜੇ ਨੇ ਮੇਰਾ ਕੋਈ ਛਿੱਤਰ ਖਾਣੇ ਹੈਗੇ ਕੀ ਗੱਲ ਹੋਈ ਆ ਮੈਨੂੰ ਦੱਸੋ ਕੀ ਆ ਮੈਂ ਤੁਹਾਡੇ ਨਾਲ ਆ ਦੱਸੋ ਕੀ ਗੱਲ ਯਾਰ ਫਰੀਦ ਯਾਰ ਤੈਨੂੰ ਪਤਾ ਵਾ ਕਿੰਨਾ ਸ਼ੌਕ ਆ ਯਾਰ ਮੈਨੂੰ ਯਾਰ ਵੇਖ ਲੈ ਫਿਰ ਠੀਕ ਹੈ ਨਾ ਤੇ ਉਸਤਾਦ ਹੋਰੀ ਐਵੇਂ ਦਾਣਾ ਪਾਂਡੇ ਕੋਲੋਂ ਚੁੱਕਣਾ ਵਾ ਹੈ ਓਏ ਖੁੰਡੇ ਨੇਜ਼ੇ ਦੀ ਸ਼ਕਲ ਵਾਲੇ ਨੇ ਤੈਨੂੰ ਦੇਣਾ ਕੁੱਤਾ ਤੂੰ ਵੀ ਜਾ ਮੈਂ ਲੈ ਲੂ ਓ ਨਹੀਂ ਤੁਸੀਂ ਆਪਣੇ ਤੌਰ ਤੇ ਲਵੋ ਨਾ ਕੁੱਤਾ ਉਹਨੂੰ ਸੋਹਣਾ ਮੋਢੇ ਤੇ ਸਾਫਾ ਰੱਖੋ ਉਹਨੂੰ ਜਾ ਕੇ ਕਹਿ ਭਲੀਏ ਰੋਟੀ ਲਿਆ ਉਹ ਰੋਟੀ ਲੈਣ ਜਾਊਗੀ ਮਗਰ ਕੁੱਤਾ ਚੁੱਕ ਕੇ ਚਲੇ ਜਾਓ ਇਹ ਕਿਹੋ ਜਿਹੀ ਗੱਲ ਕਰਨ ਡੇ ਉਹ ਭਾਈ ਨੇ ਦੇਣਾ ਕਹਿ ਸਕਦੇ ਖੁੱਸੇ ਦੀ ਚੁੰਝ ਵਰਗਾ ਮੂੰਹ ਆ ਨਹੀਂ ਤੁਸੀਂ ਹੁਣ ਸਾਡੇ ਘਰ ਆ ਕੇ ਤੇ ਬਦਤਮੀਜ਼ੀ ਕਰੀ ਜਾ ਰਹੇ ਹੋ ਮੈਂ ਤੇ ਨਹੀਂ ਨਾ ਕੁਛ ਕਿਹਾ ਮੈਂ ਤੇ ਨਹੀਂ ਨਾ ਕੁਛ ਕਿਹਾ ਉਹ ਜਿੰਨਾ ਸ਼ੌਕ ਆ ਨਾ ਉਹਨੂੰ ਕੁੱਤਿਆਂ ਦਾ ਕੱਲ ਦਾ ਕੁੱਤਾ ਕਰਨ ਡੇ ਪਾਨ ਵਾਲੇ ਨੂੰ ਜਾ ਕੇ ਕਹਿਣ ਡੇ ਸੀ ਦੋ ਕੁੱਤੇ ਲਾ ਦੇ ਪਾਨ ਦਾ ਭੁੱਲ ਗਿਆ ਸੀ ਇੰਨਾ ਸ਼ੌਕ ਚੜਿਆ ਉਹਨੂੰ ਕੁੱਤੇ ਦਾ ਉਹਨੂੰ ਕੁੱਤਾ ਦੇ ਬਸ ਫਿਰ ਚੁੱਕ ਲਓ ਤੇ ਗੱਲ ਕਹੀ ਨਹੀਂ ਭਾਇਨ ਨੇ ਉਹ ਯਾਰ ਮੈਨੂੰ ਪਤਾ ਵਾ ਨਾ ਤੇਰਾ ਸ਼ੌਕ ਵਾ ਬਸ ਠੀਕ ਆ ਨਹੀਂ ਮੈਂ ਕਹੀ ਆ ਗੱਲ ਤੇ ਉਹਨੇ ਚਾਇਨਾ ਦੀ ਚੂਈ ਨੇ ਤੈਨੂੰ ਨਹੀਂ ਦੇਣਾ ਕੁੱਤਾ ਮੈਨੂੰ ਪਤਾ ਵਾ ਉਹਦਾ ਮੂੰਹ ਦੱਸਣ ਡਿਆ ਉਹਨੇ ਨਹੀਂ ਦੇਣਾ ਅੱਲਾ ਦੀ ਕਸਮ ਉਹਦਾ ਜ਼ੇਨ ਆ ਤੁਹਾਡਾ ਨਹੀਂ ਜ਼ੇਨ ਕਿ ਮੈਂ ਲੈ ਕੇ ਜਾਵਾਂ ਜੇ ਕੁੱਤਾ ਮੈਂ ਚੁੱਕ ਲਵਾਂ ਤੇ ਭਾਜੀ ਕੁੱਤਾ ਮੇਰਾ ਤੇਰਾ ਕਾਤੋਂ ਤੇਰਾ ਕਾਤੋਂ ਕੀ ਕੁੱਤਾ ਪਲੇਠੀ ਦਾ ਤੇਰਾ ਵੀ ਤੂੰ ਹੀ ਲੈ ਕੇ ਜਾਣਾ ਵਾ ਕਿਸੇ ਹੋਰ ਦਾ ਹੱਕ ਨਹੀਂ ਹੋ ਸਕਦਾ ਨਹੀਂ ਕਿਸੇ ਦਾ ਹੱਕ ਨਹੀਂ ਮੈਨੂੰ ਸ਼ੌਕ ਆ ਤੇ ਮੇਰਾ ਹੀ ਆ ਕਿੱਡਾ ਉਹਦਾ ਸੁੱਕੀ ਗਿੱਟਾ ਕਰਕੇ ਨਕਸ਼ਨ ਆ ਨਾ ਯਾਰ ਬਸ ਨਹੀਂ ਚਲੋ ਚਲੋ ਨਿਕਲੋ ਯਾਰ ਨਹੀਂ 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 ਉਹ ਤਾਂ ਨਾ ਦੇ ਓ ਯਾਰ ਜਾ ਯਾਰ ਨਾ ਦੇ ਤੂੰ ਚੱਲ ਜਾ ਯਾਰ ਮੈਂ ਤਾਂ ਨਹੀਂ ਨਾ ਕੁਛ ਕਿਹਾ ਵੀਰ ਨਹੀਂ ਫੈਸਲ ਸਹੀ ਐਂ ਨਹੀਂ ਮੈਂ ਚੁੱਕਣਾ ਵਾ ਮੈਂ ਚੁੱਕਣਾ ਮੈਂ ਕਿਹਾ ਕੁਛ ਉਹ ਮੇਰੇ ਨਾਲ ਹੈ ਹੀ ਨਹੀਂ ਮੈਂ ਤਾਂ ਨਹੀਂ ਨਾ ਕੁਛ ਕਿਹਾ ਤੁਹਾਨੂੰ ਪਤਾ ਉਹ ਮੇਰੇ ਨਾਲ ਲੱਗੇ ਰਹਿੰਦੇ ਹੈਗੇ ਨੇ ਬਸ ਫੈਸਲ ਬਈ ਬਸ ਆਖਰੀ ਆਪਸ਼ਨ ਹੈ ਇਹਦੀ ਮਾਂ ਦੇ ਗੂਗਲ ਤੁਸੀਂ ਚੁੱਕ ਲਓ ਤੇ ਤੁਸੀਂ ਬੱਚਾ ਤੁਹਾਨੂੰ ਮੈਂ ਦੇ ਦਿਆਂਗਾ ਚਲੋ ਠੀਕ ਹੈ ਯਾਰ ਕੱਢੋ ਇਹ ਫੀਮੇਲ ਬਾਹਰ ਨਿਕਾਲੋ ਕੀਤੇ
बड़ी ख्वाहिश पूरी हो गई मेरी, बड़े अरसे की ख्वाहिश पूरी हो गई। मैं तेनू पालूंगा, मैं तेनू इन्ना पालूंगा, तेनू मैं पाल के वड्डा कुत्ता बनाऊंगा, तेरी मैं इन्नी खिदमत करूंगा, तेनू मैं अपने बच्चों तरह रखूंगा, इन्ना प्यार करूंगा तेरे नाल, ठीक है ना। फरीद भी तेरा चाचू, मिठा भी चाचू, रिजवान तेरा ताऊ, ते अवैस भी तेरा चाचू, ये सारे तेरे चाचू आ। मैं अपने बच्चे लिए लै गया वा, मैं सोलह कुछ लै गया वा, मैं तेनू बड़ी मेहनत दे लाने चुके आई। अल्लाह खैर करे, मेरे ना काम नहीं पैना तुहानू कदे। फैसल तैनू मैं गड्डी च पेट्रोल खर्च के लै के आया। कोई गल नहीं, ना खर्च दे, जिहड़ी रोटी खाधी सी, जूस पीता, ओह नहीं तुहानू याद? किन्नी क खवाती ती रोटी? 8000 दा तेल लगा। ਉਹ ਮਿੱਠਾ ਫਰੀਦ ਉਹਨੇ ਵੇਖਿਓ ਕੀ ਕਰ, 90000 ਦਾ ਕੁੱਤਾ ਆਇਆ, ਪਰ ਉਹਨਾਂ ਦੀ ਯਾਰੀ ਪਛਾਣੀ ਗਈ। 90000 ਦਾ ਨਹੀਂ ਫ੍ਰੀ ਚੁੱਕਿਆ ਤੂੰ, ਔਰ ਚੁੱਕਿਆ ਤੂੰ ਗੇੜਾ ਦੇ ਕੇ ਆ, ਗੇੜਾ ਦੇ ਕੇ ਤੂੰ ਸਿੱਧਾ ਨਹੀਂ ਉਹਦੇ ਅੱਗੇ ਚੁੱਕਿਆ, ਤੂੰ ਉਹਦੇ ਉੱਤੇ ਕੱਪੜਾ ਪਾ ਕੇ ਤੇ ਉਹਨੂੰ ਵਰਗਲਾ ਕੇ ਚੁੱਕਿਆ ਤੂੰ। ਅੱਛਾ, ਉਹਦੀ ਅੱਖਾਂ ਦੇ ਸਾਹਮਣੇ ਚੁੱਕਣਾ ਸੀ ਨਾ? ਤੇ ਮੈਂ ਉਹਨੂੰ ਕਹਿੰਦਾ ਕੋਈ ਮੈਂ ਚੁੱਕਣ ਲੱਗਾ ਵਾਂ, ਤੇ ਤਾਂ ਕਿ ਮੇਰੀਆਂ ਅੱਖਾਂ ਕੱਢ ਲੈਂਦੀਆਂ ਕਿ ਕੁੱਤਾ ਵੀ ਚੁੱਕਣਾ ਸੀ ਜਿੱਦਾਂ ਮਰਜ਼ੀ ਮੈਂ ਚੁੱਕ ਲਿਆ, ਹੁਣ ਮੇਰੇ ਕੋਲ ਲੈ ਕੇ ਵਿਖਾਵਣ ਕੋਈ ਮਿਲ ਯੋਈਆਂ ਵਰਕਾ। ਮਾਸ਼ਾਅੱਲਾ ਭਤੀਜਾ ਦੇ ਚੱਲ, ਹੱਥ ਨਹੀਂ ਲਾਣਾ ਇਹਨੂੰ, ਹੱਥ ਨਹੀਂ ਲਾਣਾ ਚੱਲ। ਆ ਇਹਨੂੰ ਪਛਾਣ, ਇਹਨੂੰ ਮੇਰੇ ਪੁੱਛੇ ਨੇ ਇਹਦੀ ਲੱਤ ਪਾਣ ਨਹੀਂ ਮਿਲੀ ਛੋਣੀ ਨਹੀਂ ਹੱਥ ਤੇ ਲਾਣ ਦੇ। ਕਰੀਮ ਵਾਲਾ ਕੁੱਤਾ ਕੀ ਆ ਤੈਨੂੰ? ਚੱਲ 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 ਕੀ ਅਸੀਂ ਵੇ ਤੂੰ ਤੇਰੇ ਨਾਲ ਇੰਨਾ ਸਾਥ ਦਿੱਤਾ ਭਾਈ ਫੈਸਲ, ਹੁਣ ਇਦਾਂ ਨਾ ਕਰ। ਮੈਨੂੰ ਪਤਾ ਜਿੰਨਾ ਤੁਸੀਂ ਸਾਥ ਦਿੱਤਾ, ਬਸ ਇਹਨੂੰ ਬੰਨਣਾ ਕਿੱਥੇ ਵਾ? ਮੈਨੂੰ ਤੇ ਮਰਜ਼ੀ ਬੰਨਣਾ ਵਾ, ਤੇਰਾ ਘਰ ਕਿੱਥੇ ਆ ਮੈਨੂੰ ਦੱਸ। ਮੈਂ ਇਹਨੂੰ ਨਹੀਂ ਮੰਨਣਾ, ਮੈਂ ਤੇਰਾ ਮੂੰਹ ਬੰਨਣਾ ਵਾ। ਚੱਲ 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 ਜਾ ਕੰਮ ਕਰ। ਮੈਂ ਯੋਨਾ ਸੇਲ ਸ਼ਾਨ ਠੀਕ ਆ ਨਾ? ਵਾਲਕ ਹੋਵੇ ਦੱਸਿਆ ਹੀ ਨਹੀਂ, ਤਿੰਨ ਜੀ ਹੋ ਗਏ। ਮੈਂ ਤੈਨੂੰ ਕੋਈ ਨਸੀਹਤ ਕਰ ਰਹੀ ਹਾਂ, ਪਛਾਣ ਕਰ ਲਾ ਆਪਣੇ ਪਰਾਏ ਦੀ, ਕਿਹੜਾ ਤੇਰੇ ਨਾਲ ਖੜਾ, ਕਿਹੜਾ ਤੇਰੇ ਨਾਲ ਨਹੀਂ ਖੜਾ। ਰਲ ਕੇ ਪਰਵਰਿਸ਼ ਕਰਨੀ ਆਪਾਂ ਦੋਵਾਂ ਭਰਾਵਾਂ ਨੇ। ਹੁਣ ਮੇਰੇ ਸ਼ੋਨਾ, ਤੂੰ ਜਦੋਂ ਜ਼ਿੰਦਗੀ 'ਚ ਪਹਿਲੀ ਵਾਰੀ ਵੱਢਣਾ ਨਾ, ਤਾਂ ਇਹਤੋਂ ਸਟਾਰਟ ਲੈਣਾ ਤੂੰ, ਠੀਕ ਹੈ ਨਾ? ਇਹ ਮੇਰਾ ਸ਼ੋਨਾ, ਮੈਂ ਆਪੀ ਇਹਨੂੰ ਕਮ ਅਤ ਕਮ 54 ਟੀਕੇ ਲੱਗਣ, ਤੇਰੀ ਇੰਨੀ ਸਖਤ ਦੰਦੀ ਹੋਵੇ। ਮੈਂ ਕੀ ਕਿਹਾ ਵਾ? ਤੂੰ ਚੰਗਾ ਵੀ ਨਹੀਂ ਕੀਤਾ ਮੇਰੇ ਨਾਲ, ਜਦੋਂ ਮੈਂ ਤੈਨੂੰ ਸਾਰੀ ਪਲੈਨਿੰਗ ਕੀਤੀ ਸੀਗੀ ਤੁਹਾਡੀ, ਤਿੰਨਾਂ ਦੀ, ਤੁਸੀਂ ਤਿੰਨੇ ਹੀ ਇੱਕੋ, ਤੂੰ ਉਸਤਾਦ ਜੀ, ਮਿੱਠਾ ਫਰੀਦ, ਸੋਹਣੀ, ਸਾਰੀ ਇੱਕੋ ਮੇਰੇ ਲਈ, ਠੀਕ ਹੈ ਯਾਰ? ਅੱਜ ਮੇਰੀ ਗੱਲ ਸੁਣਨਾ, ਹੁਣ ਵੇਚਣਾ ਨਹੀਂ, ਆਪੇ ਮੈਂ ਗਾਹਕ ਲੱਭਾਂ ਦਾ। ਕਿਹੜਾ? ਇਹਦਾ ਉਹ ਜਾ, ਔਲਾਦ ਵੀ ਵੇਚੀ ਜਾਂਦੀ ਭਲਾ, ਮੈਂ ਮੈਨੂੰ ਬੱਚਿਆਂ ਤਰ੍ਹਾਂ ਰੱਖਾਂਗਾ ਆਪਣੇ? ਨਹੀਂ ਤੁਸੀਂ ਮੈਨੂੰ ਆਪੇ ਕਿਹਾ ਸੀਗਾ ਮਿੱਠੇ ਆਪਾਂ ਗੇੜੇ ਨਾਲ ਕੁੱਤਾ ਚੁੱਕ ਲਿਆਉਂਦੇ ਹਾਂ, ਚੁੱਕ ਕੇ ਲਾ ਕੇ ਇੱਥੇ ਵੇਚਾਂਗੇ, ਸਹੀ ਨਹੀਂ? ਕਿਹੜੇ? ਉਹ ਯਾਰ ਉਹ ਸੁਣ, ਮੰਨ ਲੈ ਚੱਲ ਜਾ ਕੰਮ ਕਰ। ਮੇਰਾ ਕੁੱਤਾ ਆ ਗਿਆ ਹੈ ਔਰ ਮੇਰੀ ਪਹਿਲੀ ਵਿਸ਼ ਪੂਰੀ ਹੋ ਗਈ, ਬਾਕੀ ਕੀ ਵਿਸ਼ੇ ਵੀ ਰਹਿ ਜਾਏਗੀ ਲਈ, ਬਾਕੀ ਕੀ ਪੂਰੀ ਹੋ ਗਈ? ਮੀਆਂ ਚੂਨਾ, ਮੀਆਂ ਹੀਰਾ, ਉਹ ਮੀਆਂ ਚੂ, ਉਹ ਮੀਆਂ ਚੂਨਾ। ਕਹਿੰਦਾ ਭੁੱਖ ਲੱਗੀ, ਕਹਿੰਦਾ ਕੰਮ ਕਰੇ, ਕਹਿੰਦਾ ਕੌਣ ਕਰੇਗਾ? ਇਹ ਲੱਭ ਲੈਣ ਜਾਂਦਾ 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 ਜਾਂਦਾ, ਇੱਥੇ ਸ਼ਕਲ ਭੋੜੀ, ਇੱਥੇ ਦੁੱਧ ਘਟੋਰੀ, ਖਾਣੋ ਖਾ ਗਈ, ਇਹਦਾ ਨਾਂ ਕੀ ਰੱਖਣਾ ਮੈਂ? ਲਓ ਜੀ ਨਾਜ਼ਰੀਨ, ਫੈਸਲ ਰਾਵੇ ਨੂੰ ਕੁੱਤਾ ਮਿਲ ਗਿਆ, ਬੜੀ ਜੱਦੋਜਹਿਦ ਕਰਕੇ। ਇੱਕ ਬੜੀ ਮੈਨੂੰ ਹੈਰਾਨਗੀ ਹੋਈ ਅੱਜ ਇਸ ਘਰ ਦੇ ਵਿੱਚ ਆ ਕੇ, ਮਤਲਬ ਬਹੁਤ ਜ਼ਿਆਦਾ ਮੈਂ ਇੱਕ ਕਹਿ ਲਓ ਕਿ ਇਮੋਸ਼ਨਲ ਜਿਹਾ ਹੋ ਗਿਆ ਕੁਛ ਚੀਜ਼ਾਂ ਦੇਖ ਕੇ। ਉਹ ਮੈਂ ਪੁੱਛਣਾ ਚਾਹ ਰਿਹਾ ਬਰਾਰ ਬਾਈ ਨੂੰ, ਤੁਹਾਡਾ ਕੀ ਨਾਮ? ਨਾਸਿਰ। ਨਾਸਿਰ ਬਾਈ ਨੂੰ ਔਰ ਬਰਾਰ ਬਾਈ ਨੂੰ ਕੁਛ ਸਵਾਲ ਨੇ ਮੇਰੇ ਦਿਮਾਗ 'ਚ, ਕਿ ਜਦੋਂ ਅਸੀਂ ਆਏ ਹਾਂ, ਲਾਈਫ ਦੀ ਫਸਟ ਮੁਲਾਕਾਤ ਇਹਨਾਂ ਦੇ ਨਾਲ ਮੇਰੀ, ਸਾਡੀ ਸਾਰਿਆਂ ਦੀ ਪਹਿਲੀ ਦਫ਼ਾ ਅਸੀਂ ਇਹਨਾਂ ਦੇ ਘਰ ਆਏ ਹਾਂ। ਹਫ਼ਤਾ ਪਹਿਲੇ ਤਕਰੀਬਨ ਇਹਨਾਂ ਦਾ ਇੱਕ ਮੈਸੇਜ ਆਇਆ ਸੀ ਕਿ ਜੀ ਮੈਂ, ਅਸੀਂ ਸ਼ੋਅ ਕੀਤਾ ਸੀ ਫੈਸਲ ਰਾਮੇ ਨੇ, ਕਿਹਾ ਸੀ ਜੀ ਕਿ ਉਸਤਾਦ ਜੀ ਮੈਂ ਉਹ ਕੁੱਤਾ ਲੈਣਾ ਜਰਮਨ ਸ਼ੈਫਰਡ 90000 ਰੁਪਏ ਦਾ, ਅਤੇ ਉਸ ਤੋਂ ਕੋਈ ਸ਼ੋਅ ਤੋਂ ਇਹਨਾਂ ਨੇ ਦੇਖਿਆ ਬਰਾਰ ਭਾਈ ਨੇ, ਇਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਯਾਰ ਮੇਰੇ ਕੋਲ ਹੈਗਾ, ਲੇਕਿਨ ਇਹ ਆ ਕਿ ਮੈਂ ਇੱਕ ਥੋੜ੍ਹਾ ਜਿਹਾ ਸ਼ੁਗਲ ਮੇਲਾ ਮੇਰੇ ਕੋਲ ਘਰ ਆ, ਉਹ ਸ਼ੋਅ ਕਰੋ ਔਰ ਮੈਂ ਬੱਚਾ ਫੈਸਲ ਭਾਈ ਨੂੰ ਜਰਮਨ ਸ਼ੈਫਰਡ ਦਾ ਗਿਫਟ ਕਰ ਦਿਆਂਗਾ, ਇਹਨਾਂ ਦੀ ਮੁਹੱਬਤ ਆ। ਲੇਕਿਨ ਅਗਲੀ ਗੱਲ ਤੁਹਾਨੂੰ ਦੱਸਾਂ, ਇਸ ਘਰ ਦੇ ਵਿੱਚ ਇਹ ਸਾਨੂੰ ਲੈ ਕੇ ਆਏ ਨੇ, ਔਰ ਮੇਰੀਆਂ ਭੈਣਾਂ, ਮੇਰੀਆਂ ਭਰਜਾਈਆਂ, ਮੇਰੀ ਮਾਂ ਇੱਥੇ ਨੇ ਇਸ ਘਰ ਦੇ ਵਿੱਚ। ਜ਼ਰਾ ਇਹਨਾਂ ਨੇ ਇਹ ਨਹੀਂ, ਇਹਨਾਂ ਦੇ ਜਿਹੜੇ ਜੋ ਮੈਂ ਸਵਾਲ ਇਹਨਾਂ ਨੂੰ ਪੁੱਛਣਾ ਚਾਹ ਰਿਹਾ ਕਿ ਜ਼ਰਾ ਤੁਹਾਡੇ ਜ਼ਿਹਨ 'ਚ ਕੋਈ ਅਜਨਬੀ, ਅਸੀਂ ਲੋਕ ਹਾਂ, ਅਸੀਂ ਗੈਰ ਮਰਦ ਹਾਂ, ਤੁਸੀਂ ਸਾਨੂੰ ਇਸ ਤਰ੍ਹਾਂ ਲੈ ਕੇ ਆਇਓ ਘਰ ਦੇ ਵਿੱਚ ਕਿ ਜਿਸ ਤਰ੍ਹਾਂ, ਮਤਲਬ ਜਿੱਦਾਂ ਤੁਸੀਂ ਇਸ ਘਰ ਦੇ ਮੈਂਬਰ ਹੋ, ਉੱਦਾਂ ਹੀ ਅਸੀਂ ਵੀ ਇਸ ਘਰ ਦੇ ਮੈਂਬਰ ਹਾਂ, ਤੁਸੀਂ ਸਾਨੂੰ ਇਸ ਤਰ੍ਹਾਂ ਲੈ ਕੇ ਆਇਓ। ਔਰ ਮੈਨੂੰ ਯਕੀਨ ਕਰੋ ਕਿ ਮੈਨੂੰ ਰੱਬ ਦੀ ਕਸਮ ਆ, ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਲਾਈਫ 'ਚ ਪਹਿਲੀ ਵਾਰੀ ਇਸ ਘਰ ਦੇ ਵਿੱਚ ਆਇਆ। ਮੈਨੂੰ ਇੰਝ ਲੱਗਦਾ ਮੈਂ, ਯਾਨੀ ਮੇਰਾ ਕੋਈ ਬੜਾ ਪੁਰਾਣਾ ਤਾਂ ਲੱਗਾ, ਇੰਨਾ ਪਿਆਰ ਇਹਨਾਂ ਨੇ ਦਿੱਤਾ। ਮੈਂ ਵਜ੍ਹਾ ਇਹ ਪੁੱਛਣਾ ਚਾਹ ਰਿਹਾ ਕਿ ਕਿਉਂ ਨਹੀਂ ਤੁਸੀਂ ਇਹ ਸੋਚਿਆ ਕਿ ਯਾਰ ਇਹ ਪਤਾ ਨਹੀਂ ਕੌਣ ਨੇ, ਅਤੇ ਅਸੀਂ ਆਪਣੀਆਂ ਘਰ ਦੀਆਂ, ਮਤਲਬ ਵਾਈਫ ਤੁਹਾਡੀ ਆ, ਮੇਰੀਆਂ ਭੈਣਾਂ ਨੇ, ਮਾਂ ਨੇ, ਮਤਲਬ ਸਾਡੀ, ਉਹ ਤਾਂ ਪਹਿਲੇ ਵੀ ਸੀ,
यानी पहले भी साढ़े दिल से, लेकिन जो उन्होंने साड़ी खिदमत की सानू वो इन्नी ज़्यादा साड़ी रिस्पैक्ट मेरी और सारिया दे, क्यों तुसी ये क्यों नहीं सोचा कि यार इन्हों साइड के कमरे च पा दिए? अस्सलाम वालेकुम जानी भाई, गल इस तरह कि असी बाकी भी शोज जिहड़ा यूट्यूब वगैरह से देखते रहने हैं। ठीक है, तो तुहाडे शोज भी ज़्यादातर देखे जाने। ठीक है, साड़ी सारी फैमिली देखती है, तो जी थोड़े शो सारू अच्छी गल होंगी है ना कि थोड़े शो में कोई ऐसी वलगर गल नहीं होती, फैमिली में बैठ के देखने का शो होता है। और दूसरा मैं थोड़ा शो अक्सर देखा कि तुसी अगर मार्केट भी जाके किसी ने शुगल करते हो ना, तो मैं कसी कभी ऐसी चीज़ नहीं देखी कि तुसी उत्थे जाके किसी की माँ भैन नाल तुसी कोई ऐसी गल की हो या ऐसा मजाक किया हो जिदी वजह तू शर्मिंदगी हो या असी फैमिली बैठ के ना देख सकी, अदरवाइज कोई मतलब ऐसा बंदा करता नहीं है। हाँ, मैं वही तो देख रहा। लेकिन मैं हूँ इन्होंने ये कहाँगा कि साड़ी एक चलो असी पैसा कमाने असी शोहरत कमाने, लेकिन यह जड़ा एक यकीन है साढ़े ते यह तो सब तो ज़्यादा अहमियत है फिर साढ़े लिए कि इन्ना प्यार और इन्ना यकीन साढ़े ते कि बाकी भी कॉमेडियनज ने बड़े स्टेज के एक्टर ने फिल्मों के कॉमेडियनज ने टीवियों कॉमेडियन तो सानू यानी कि इन्ना इतमाद और यकीन तुहानू साढ़े ते तो फिर मेरे हिसाब से अब मैं ये लग रहा कि यार शायद एक मेरे वर्गा आर्टिस्ट होर हो जिन्हों इन्ना इस हद तक प्यार मिल जाए। अबरार साहब ऐ वो फसाद की जड़ा जिन्हें मैसेज किया अबरार साहब जी, चलो 90,000 का ना सही 50, 55, 60 का तो होएगा जी, एक गल है ना कि चलो 90,000 तो ना भी हो, इन्ना महंगा ना भी हो, 50,000 का होएगा 40 का होएगा, ये भी एक रकम होंगी की सोच के कहता कि यार आ जाओ तो लै जाओ तो गिफ्ट लै जाओ, खाना भी इन्ना खवाया सानू, इन्नी ऑनर भी की, इन्ना रिस्पैक्ट भी दी और जान लगे वो सानू 50,000 रुपये की मलकीयत वाली चीज़ भी देती, की ये पिछे एडी वजह एडी कहदी अग लगी सी मतलब पैसे जाया कर। जानी भाई मेरे जो डॉग्स हैं वो बड़े अच्छे मतलब इम्पोर्ट लेवल के डॉग्स हैं और शो लेवल के डॉग्स हैं, मैं अपने डॉग्स का कभी किसी को बाल भी ना दूँ, ये सिर्फ जानी भाई की और फैसल रामे और आपकी टीम की मोहब्बत है जो आपको मतलब मैंने इनवाइट किया। पैन उदन की उन्हें जान खाधी साड़ी, मैं कभी भी नहीं सुना तुसी मैं लेना होता ना कुत्ता तो मैं बेशक मैं चाहिए भी हों, लेकिन मैं 2 महीने लग जाने से जिन्ना मैं बिजी हूँ। वो भाई ने कहा उस्ताद जी यानी इन्हू मैं लाहौर लैके जाना होना, मैं तुम बाहर ही है इन्हें मैं कह ना फैसल कल लाहौर जाना, उस्ताद जी मेरे ना बच्चे की तबीयत नहीं सही। अच्छा बच्चा ठीक हो गया उस्ताद जी, वो तुहाडी भरजाई ना इदा तिलक गई है तो वे सट लग गई, इन्हें 15 दिन सिर्फ ड्रामे करने होंगे ने, जिदन का किया भैन मेरी उन्हें जान खा ली उस्ताद जी इतवार को जाना उस्ताद जी तो। अच्छा मैं कल कह रहा इतवार को यार मैं याद भुल गया तो मैं यार इतवार को फला जा कुत्ता नहीं लैन जाना इतवार को, खबरदार तुम किसी को क्या इतवार को तुझ ये पाने इदा मैं लैके आया इन्हें शौक आ। बस ये मुहब्बत है आपकी जानी भाई, इसी वजह से आपको बुलाया कि मतलब पूरी दुनिया में या जहाँ पर भी आपका शो देखा जाता है वहाँ पर पता चले पाकिस्तान का नाम जो है वो रोशन होगा कि पाकिस्तान में अच्छे कॉमेडियंस भी हैं, बाकी कॉमेडियंस भी हैं लेकिन अच्छे कॉमेडियंस बहुत कम हैं जिनमें से एक जानी भाई हैं। लो जी नादरीन बात यह है कि कॉमेडियन बहुत ज़्यादा हैं, फेमस लोग बहुत ज़्यादा हैं, लेकिन ये जी मैं आज चीज़ देखी है ना जी मैं जी मैनू हैरान जिन्हें कर दिता कि वो पिछे इन्नी ज़्यादा मुहब्बत है और मैं बड़ा खुशकिस्मत अज अपने आप को महसूस कर रहा यार, पैसे तो लाने तो भेजो शोहरत भी आने जाने वाली चीज़ है, लेकिन यह जो यकीन लोगों के दिल च मेरे लिए बनया ना ये मैं मतलब मैं मकरूज हो गया ताड़ा सही तुम दसा तो अपन भैन का भरजाइया का माँ का तुहाडा ये कह लो कि भी मेरे ते ना मैं मकरूज समझ रहा अपने मैं महसूस हो रहा मैं ताड़ा किदा इन्नी मुहब्बत का मतलब मैनू ना अल्फाज मिल रहे हैं कोई माकूल ना मैं लग रहा मैं उन्होंने की करा मतलब तुसी मैनू खाना खवाता वो पिछे जी चाहत सी ओदी जी कीमत है ना खाना मैं भी तुम्हें खवा सकता ये नो 10 गुना ज़्यादा अच्छा खवा सकता वो जी पिछे वो चाहत है ना वो अनमोल आ वो तो मैं कर्ज महसूस कर रहा यकीन करो तो मैं यही कहांगा कि यह पूरा घर मेरा घर आ इस घर से कभी कोई टेंशन परेशानी कोई मसला नहीं कोई कभी भी हो सकता अल्लाह ना करे कभी आवे मैं तो नहीं छोड़ी सर मेरी पहले पूरी गल सुन लें दो मैनू अपना जरा ना दिल का साड़ कड़ लें कि मैं ऑनर गल कर रहा सर कभी अल्लाह पाक तुहानू हमेशा खुश रखे अल्लाह पाक तुहानू दुनिया की हर नेमत दे लेकिन खुदा ना खासता कोई औखा टाइम आ जाता कोई मसला बन जाता तुसी मैनू इस घर का फर्ज समझ के याद करना नहीं इंशाल्लाह ताला नादरीन अपना बहुत ख्याल रखना और तुहाडे कोई ऐसी चीज़ होवे को कुकड़ी को कुत्ता को बकरी को तुसी सानू देना चाहो तुसी सानू कोई अल्लाह दी राह ते
ਅਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹਾਂ, ਅਸੀਂ ਕਿਸੇ ਵੀ ਸ਼ਹਿਰ 'ਚ ਜਾ ਕੇ ਅਤੇ ਲੈ ਆਈ ਦੀ ਹੈ, ਤੁਸੀਂ ਦੇਖ ਹੀ ਲਿਆ, ਨਾਲ ਅਸੀਂ ਰੋਟੀ ਵੀ ਖਾ ਆਈ ਦੀ ਹੈ। ਆਹੋ ਅੱਛਾ, ਵੈਸੇ ਸਹੀ ਸੀ ਬਤਾਏ, ਇਹ ਅਗਰ ਆਪ ਸੇਲ ਕਰਤੇ ਤੋ ਕਿਤਨੇ ਕਾ ਕਰਤੇ? ਯੇ ਕੱਲ ਇੱਕ ਇਸਕਾ ਭਾਈ ਦੀ ਹੈ 45,000 ਕਾ, 45,000 ਕਾ, ਇਹ ਵੀ ਉਤਨੇ ਕਾ ਹੀ ਹੋਗਾ। ਅਤੇ ਤੁਹਾਨੂੰ ਮੈਂ 20,000 ਰੁਪਇਆ ਲੈਦਾ ਉਹਦੇ ਕੋਲੋਂ, ਫੈਸਲ ਕੋਲੋਂ। ਉਸਤਾਦ ਜੀ ਜਾਣ ਦਿਓ, ਉਸੇ ਗਾਉਂ ਚਲੀਏ। ਤੂੰ ਉਹਨਾਂ ਨੇ ਲੈਣੇ ਨਹੀਂ, ਮੈਂ ਵੈਸੇ ਤੈਨੂੰ ਛੇੜ ਰਿਹਾ ਯਾਰ। ਤੁਸੀਂ ਮੈਨੂੰ ਨਾ ਛੇੜਿਆ ਕਰੋ, ਗਿਫਟ ਦਾ ਕੋਈ ਮੋਲ ਨਹੀਂ ਹੈਗਾ, ਮੈਨੂੰ ਸਾਰੀ ਜ਼ਿੰਦਗੀ ਯਾਦ ਰਹੇਗਾ, ਕਦੇ ਮੇਰੀ ਜ਼ਰੂਰਤ ਹੋਵੇ ਮੈਂ ਵੀ ਹਾਜ਼ਰ ਹਾਂ। ਭੈਣ ਵੈਸੇ ਮੈਂ ਤੁਹਾਨੂੰ ਗੱਲ ਦੱਸਾਂ ਬਰਾੜ ਸਾਹਿਬ, ਤੁਸੀਂ ਇਹਨੇ ਜਿੱਥੇ ਕੁੱਤਾ ਰੱਖਣਾ ਨਾ, ਉੱਥੇ ਬੱਕਰੀ ਬੜੀ ਆਵਾਜ਼ਾਰ ਹੋ ਜਾਂਦੀ, ਉੱਥੇ ਬੱਕਰੀ ਬੰਨੀ ਹੋਵੇ ਨਾ, ਉਹ ਦੁਆਵਾਂ ਮੰਗਦੀ ਹੁੰਦੀ, ਯਾਰ ਲਾ ਕੋਈ ਕਸਾਈ ਭੇਜ, ਮੈਨੂੰ ਇਹੋ ਜਿਹੀ ਜ਼ਿੰਦਗੀ ਨਾਲੋਂ ਜ਼ਿਬਾ ਹੋ ਜਾਵਾਂ ਮੈਂ ਚੰਗਾ। ਇਹਨੇ ਜਿੱਡਾ ਅੱਛਾ ਤੁਸੀਂ ਇਹਨੂੰ ਕੁੱਤਾ ਦੇ ਦਿੱਤਾ, ਪਹਿਲੀ ਤਾਂ ਗੱਲ ਆ, ਜਰਮਨ ਸ਼ੈਫਰਡ ਕੁੱਤਾ ਇਹਨੇ ਘਰ ਰੱਖਣਾ, ਘਰ ਇਹਦੇ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹਦੀ ਉਹ ਹਿਫਾਜ਼ਤ ਕਰੇ, ਯਾਨੀ ਇਹਦੇ ਘਰੋਂ ਚੋਰ ਇੱਦਾਂ ਫਿਰ ਕੇ ਆ ਜਾਂਦੇ ਜਿਵੇਂ ਵਾਸ਼ਰੂਮ 'ਚ ਨਹੀਂ ਹੋ ਗਿਆ ਜੀਦਾ, ਐਵੇਂ ਫਿਰ ਕੇ ਬਾਹਰ ਆ ਜਾਂਦੇ ਨੇ, ਹੋਰ ਉਹਨਾਂ ਨੂੰ ਯਕੀਨ ਹੁੰਦਾ, ਬਲਕਿ ਚੋਰ ਕਿਤੋਂ ਵੀ ਕੋਈ ਚੀਜ਼ ਲੁੱਟਣ ਨਾ ਅਤੇ ਉਹਨਾਂ ਨੂੰ ਡਰ ਹੋਵੇ ਅਸੀਂ ਫੜੇ ਨਾ ਜਾਈਏ, ਉਹ ਇਹਦੇ ਘਰ ਆ ਕੇ ਲੁਕੋ ਕੇ ਚਲੇ ਜਾਂਦੇ, ਅਗਲੇ ਦਿਨ ਫਿਰ ਲੈ ਜਾਂਦੇ, ਉਹਨੂੰ ਪਤਾ ਹੈ ਸੇਫ ਆ। ਅਤੇ ਉੱਥੇ ਜਰਮਨ ਸ਼ੈਫਰਡ ਬਾਹਰ ਰੱਖ ਕੇ ਇਹਨੇ ਕੀ ਹਿਫਾਜ਼ਤ ਕਰਾਉਣੀ ਆ? ਜਰਮਨ ਸ਼ੈਫਰਡ ਉਹਨਾਂ ਦੇ ਘਰ ਹੁੰਦਾ ਜਿਹਨਾਂ ਕੋਲ ਗੱਡੀਆਂ ਦੋ ਖੜੀਆਂ ਨੇ, 100 ਤੋਲੇ ਸੋਨਾ, ਬੁੱਢੀ ਦਾ ਅੰਦਰ ਪਿਆ, ਕੋਈ 4-5 ਲੱਖ ਨਕਦੀ ਪਿਆ। ਭੈਣ ਇਹਨੇ ਜਰਮਨ ਸ਼ੈਫਰਡ ਇਹਨੇ ਇਹਨੇ ਬੜਾ ਬੁਰਾ ਹਾਲ ਕਰਨਾ ਉਹਦਾ। ਭਾਈ ਆਪਕੇ ਇਸਮੇ ਆਪਕਾ ਫਾਇਦਾ ਹੈ, ਜਬ ਇਹ ਬੱਚਾ ਲੈ ਕੇ ਘਰ ਜਾਏਂਗੇ ਨਾ, ਤਾਂ ਭਾਬੀ ਨੇ ਇਹਨਾਂ ਨੂੰ ਮਾਰਨੇ ਠੁੱਡੇ, ਅਤੇ ਜਦ ਠੁੱਡੇ ਮਾਰਨਗੇ ਇਹਦੇ 24 ਘੰਟੇ ਤੁਹਾਡੇ ਨਾਲ ਸ਼ੋਅ ਕਰਿਆ ਕਰਨਗੇ, ਇਹ ਤਾਂ ਗੱਲ ਤੁਹਾਡੇ ਫਾਇਦੇ ਦੀ। ਮੈਂ ਉਸ ਆਪਣੀ ਭੈਣ ਨੂੰ ਜਾਣਦਾ, ਉਹਨੇ ਕਦੀ ਇਹੋ ਜਿਹੀ ਹਰਕਤ, ਅੱਲਾ ਮਾਫੀ ਦੇਵੇ, ਠੁੱਡੇ ਨਹੀਂ ਮਾਰੇ, ਉਹ ਸਿੱਧੀ ਚਪੇੜ ਮਾਰਦੀ ਜਦੋਂ, ਨਹੀਂ ਕਿਉਂਕਿ ਠੁੱਡਾ ਔਰਤ ਨਹੀਂ ਮਾਰ ਸਕਦੀ, ਥੱਪੜ ਤੇ ਸਿੱਧਾ ਕਈ ਵਾਰੀ ਇਹਨੂੰ ਪੈਂਦੇ ਨੇ, ਤੁਸੀਂ ਤੇ ਹਲਕੇ ਪਏ ਦੇਖੇ, ਉਹ ਹਲਕੇ ਨਹੀਂ, ਉਹ ਪੋਟਿਆਂ ਦੇ ਨਿਸ਼ਾਨ ਭਾਬੀ ਦੇ। ਬਸ ਇਹ ਆਪਕਾ ਫਾਇਦਾ ਹੋ ਗਿਆ ਨਾ, ਦੇਖੇ ਅਬ ਇਹ ਜੈਸੇ ਹੀ ਜਾਏਗਾ ਤੋ। ਇੱਕ ਕੰਮ ਕਰਨਾ, ਜਰਮਨ ਸ਼ੈਫਰਡ ਦੀ ਹਿਫਾਜ਼ਤ ਵਾਸਤੇ ਇੱਕ ਦੋ ਕੁੱਤੇ ਹੋਰ ਰੱਖ ਲੈਣਾ। ਹਾਂ ਸਹੀ ਗੱਲ ਆ, ਚਲੋ ਪੰਗਾ ਲਓ ਜੀ। ਸਰ ਬਹੁਤ ਸ਼ੁਕਰੀਆ, ਔਰ ਹੁਣ ਸਾਡੇ ਲਈ ਚਾਏ ਵੀ ਆ ਗਈ, ਖਾਣਾ ਵੀ ਤੁਸੀਂ ਦੇਖਿਆ ਮਾਸ਼ਾਅੱਲਾ ਕਿੰਨਾ ਲਜ਼ੀਜ਼ ਸਾਨੂੰ ਦਿੱਤਾ, ਔਰ ਸਰ ਤੁਸੀਂ ਓਕੇ ਦੇ। ਅੱਛਾ ਹੁਣ ਗੱਲ ਇਹ ਹੈ ਕਿ ਇੱਕ ਤਾਂ ਤੁਸੀਂ ਮੁਹੱਬਤ ਕੀਤੀ ਨਾ, ਹੁਣ ਮੇਰੇ ਵੱਲੋਂ ਮੁਹੱਬਤ ਇਹ ਹੈ ਕਿ ਸਰ ਇਹ ਜਿਸ ਤਰ੍ਹਾਂ ਕੋਈ ਬੰਦਾ ਆਪਣੇ ਘਰ ਨਹੀਂ ਜਾਂਦਾ, ਆਪਣੇ ਮੇਰੀਆਂ ਮਾਵਾਂ ਵਾਸਤੇ, ਭੈਣਾਂ ਵਾਸਤੇ, ਭਰਜਾਈਆਂ ਵਾਸਤੇ, ਬੱਚਿਆਂ ਵਾਸਤੇ, ਸਰ ਇਹ ਬਲਕਿ ਸਰ ਨਹੀਂ ਦੇਖੋ ਨਾ, ਸਰ ਦੇਖੋ ਤੁਸੀਂ ਦੇਖੋ ਮੇਰੀ ਮੇਰੀ ਗੱਲ ਸੁਣੋ, ਨਹੀਂ ਨਹੀਂ ਸਰ ਨਹੀਂ ਇਸ ਤਰ੍ਹਾਂ ਨਹੀਂ, ਮੇਰੀ ਗੱਲ ਸੁਣੋ ਤਾਂ ਸਹੀ ਨਾ, ਤੁਸੀਂ ਆਪਣਾ ਫਰਜ਼ ਅਦਾ ਕੀਤਾ ਨਾ, ਤੁਹਾਨੂੰ ਖੁਸ਼ੀ ਹੋ ਰਹੀ ਨਾ ਕਿ ਅਸੀਂ ਤੁਹਾਡੇ ਘਰੋਂ ਖਾਧਾ ਪੀਤਾ, ਇੱਕ ਅੱਛੀ ਨਸਲ ਜਿਹੜੀ ਹੁੰਦੀ ਨਾ, ਅੱਛੀ ਨਸਲ ਦਾ ਇਨਸਾਨ, ਉਹਨੂੰ ਖੁਸ਼ੀ ਫੀਲ ਹੁੰਦੀ ਕਿਸੇ ਨੂੰ ਖਵਾ ਕੇ। ਸਰ ਇਸ ਗੱਲ ਸੁਣੋ ਸਰ, ਹੁਣ ਮੇਰੀ ਖੁਸ਼ੀ ਲਈ, ਅੱਛਾ ਮੈਂ ਔਨ ਏਅਰ ਕਿਉਂ ਦੇ ਰਿਹਾ, ਸੁਣੋ, ਇਹ ਕੈਮਰੇ ਤੋਂ ਬਾਅਦ ਵੀ ਮੈਂ ਦੇ ਸਕਦਾ ਸਾਂ, ਔਨ ਏਅਰ ਮੈਂ ਇਸ ਤੋਂ ਦੇ ਰਿਹਾ ਕਿ ਮੈਨੂੰ ਮੇਰਾ ਜਿੱਦਾਂ ਜਿੱਦਾਂ ਤੁਸੀਂ ਦੇਖਿਆ ਨਾ ਇਹਨਾਂ ਦਾ ਪਿਆਰ, ਤੁਸੀਂ ਮੇਰਾ ਵੀ ਪਿਆਰ ਦੇਖੋ, ਤੁਹਾਨੂੰ ਵੀ ਪਤਾ ਲੱਗੇ ਕਿ ਜਾਨੀ ਨੇ ਵੀ ਵਾਕਈ ਆਪਣਾ ਘਰ ਸਮਝਿਆ, ਵਰਨਾ ਮੈਂ ਕੈਮਰੇ ਬੰਦ ਕਰਕੇ ਜਾਣ ਲੱਗਿਆ ਵੀ ਮਾਂ ਆਪਣੀ ਨੂੰ ਫੜਾ ਦਿੰਦਾ, ਲੇਕਿਨ ਇਸ ਤੋਂ ਕਿ ਮੇਰੀ ਵੀ ਮੁਹੱਬਤ ਆ, ਔਰ ਜਿੱਥੇ ਤੁਸੀਂ ਸਾਰੀ ਮੁਹੱਬਤ ਇਹਨਾਂ ਦੀ ਦੇਖੀ ਹੋ ਤਾਂ ਤੁਸੀਂ ਮੇਰੀ ਵੀ ਦੇਖੋ। ਸਰ ਇਹ ਛੋਟਾ ਜਿਹਾ, ਇਹ ਮੇਰੀ ਗੱਲ ਸੁਣੋ ਸਰ, ਇਹ ਸਿਰਫ, ਅੱਛਾ ਮੈਂ ਹੁਣ ਆਪਣੀ ਮਾਂ ਨੂੰ ਫੜਾ ਦਿੰਦਾ, ਤੁਸੀਂ ਤੁਸੀਂ ਅਗਰ ਜਾਂਦੇ, ਤੁਸੀਂ ਅਗਰ ਮੇਰੇ ਘਰ ਇੱਦਾਂ ਆਉਂਦੇ, ਤੁਸੀਂ ਖਾਲੀ ਆਉਂਦੇ? ਤੁਸੀਂ ਖਾਲੀ ਆਉਂਦੇ ਦੱਸੋ, ਤੁਸੀਂ ਖਾਲੀ ਆਉਂਦੇ ਕਿ ਨਹੀਂ? ਖਾਲੀ ਆਉਂਦੇ ਨਹੀਂ ਨਾ ਆਉਂਦੇ, ਤਾਂ ਜਦੋਂ ਤੁਸੀਂ ਮੇਰੇ ਘਰ ਆਓਗੇ ਮੈਂ ਇਨਸ਼ਾਅੱਲਾ ਤੁਹਾਨੂੰ ਨਹੀਂ ਖਾਲੀ ਨਹੀਂ ਮੈਂ ਤੁਹਾਨੂੰ ਆਉਣ ਦਿੰਦਾ, ਮੈਂ ਤੁਹਾਡੇ ਕੋਲ ਕੁਛ ਨਾ ਕੁਛ ਲੈ ਕੇ ਤੁਹਾਨੂੰ, ਇਹ ਸਰ ਤੁਸੀਂ ਮੇਰੇ ਵਾਲਾ ਬੱਚਿਆਂ ਵਾਸਤੇ ਹੈ, ਬੱਚਿਆਂ ਵਾਸਤੇ ਮਾਸ਼ਾਅੱਲਾ। ਸਰ ਬਹੁਤ ਸ਼ੁਕਰੀਆ, ਥੈਂਕ ਯੂ, ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਫੈਸਲ ਨੂੰ ਕੀ ਤਕਲੀਫ ਹੈ, ਕਿਉਂ ਬੋਲ ਰਿਹਾ? ਕਹਿੰਦਾ ਗੱਡੀ ਕੱਢੋ, ਐਡੀ ਟੈਂਪੋ 'ਚ ਕਹਿ ਰਿਹਾ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ, ਅਗਲੇ ਪ੍ਰੋਗਰਾਮ ਫਿਰ ਮੁਲਾਕਾਤ ਹੋਏਗੀ ਤੁਹਾਡਾ, ਥੈਂਕ ਯੂ, ਅੱਲਾ ਹਾਫਿਜ਼। ਲਓ ਜੀ ਨਾਜ਼ਰੀਨ, ਕੁੱਤਾ ਅਸੀਂ ਲੈ ਆ ਵਾਪਸੀ, ਤੇ ਅਸੀਂ ਹੁਣ ਕਲਰ ਘਰ ਰੁਕੇ ਆ, ਫੈਸਲ ਸਾਹਿਬ ਸੀਨੇ ਦਾ ਲਾਇਆ, ਫੈਸਲ ਸਾਹਿਬ ਨੇ ਹੈ, ਫੈਸਲ ਛੱਡ ਤੇ ਸਹੀ ਦਾ, ਨਹੀਂ ਨਹੀਂ ਉਹਨੇ ਛੱਡਣਾ ਯਾਰ, ਥੱਲੇ ਤੇ ਛੱਡ, ਸ਼ਗਨਾਂ ਦਾ ਕੁੱਤਾ ਸਾਜ, ਜਿੰਨਾ ਛੋਟਾ ਕੁੱਤਾ ਵਾ ਉਹਦੇ ਤੇ ਛੱਲਾ ਬਣਵਾ ਲਾ ਚਾਬੀ ਵਾਲਾ, ਕਹਿ ਲਈ ਹੈਪੀ ਵੇ, ਹੈਪੀ ਘਰ 'ਚ ਸਾਰੇ ਨੇ ਇੱਕ ਦੂਜੇ ਦਾ ਮੂੰਹ ਬਣੇ ਆ, ਤੇ ਕੁੱਤੇ ਦਾ ਹੈਪੀ, ਬਾਬੇ ਕੁੱਤੇ ਸਾਰੇ ਗੁੱਸੇ ਹੋਏ ਆ, ਕੀ ਨਾਂ ਰੱਖਿਆ ਜੀ? ਹੈਪੀ। ਇਹਦਾ ਸਕਾ ਮਾਮਾ ਜਿਹੜਾ ਨਾ 100 ਰੁਪਏ ਤੋਂ ਲੜੇਗੀ, ਇਹਨੂੰ ਨਾਂ ਛੱਡ ਗਿਆ, ਆਹ ਹੈਪੀ ਦੇਖ ਲਓ, ਓਏ ਹੈਪੀ ਓਏ, ਹੈਪੀ ਨੂੰ ਨੇਟ ਵੱਡੀ ਆ, ਦੇਖ ਫਿਰਨ ਕਿੱਦਾਂ ਨੇ, ਨਾਲ ਦਬਾ ਕੇ ਦਬਾ ਵੀ ਕਰ, ਦਬਾ ਕੇ ਦਬਾ ਕੇ ਦਬਾ ਕੇ ਦੇਖ। ਅੱਛਾ ਫੈਸਲ, ਮੈਨੂੰ ਨਾ ਇਹ
ਕੁਛ ਵੀ ਨਹੀਂ ਕਹਿਣਾ ਇਹਦੇ ਮਤਲਬ ਕੋਈ ਕੁੱਤੀ ਨਸਲ ਦਾ ਕੁੱਤਾ ਲੱਗਣ ਰਿਹਾ ਵੇ ਤੂੰ ਆਪਣੇ ਹਰ ਬੰਦੇ ਨਾਲ ਵੇ ਤੂੰ ਕਿੱਦਾਂ ਫ੍ਰੀ ਹੋ ਰਿਹਾ ਸੀਨੇ ਨਾਲ ਇਹਦਾ ਲੈ ਜੋ ਚਿੱਟਾ ਚੀਤਾ ਵਾ ਹੈ ਚੱਕ ਤੇ ਕਾ ਆਵੇ ਇਹਨੂੰ ਫੀਡਰ ਲਵਾ ਸੀਰੀਲੈਕ ਸ਼ੁਰੂ ਕਰਾ ਸਕਦੇ ਝੱਟ ਲਵਾ ਇਹਨੂੰ ਵੈਕਸੀਨੇਸ਼ਨ ਕਰਾ ਲੱਗੇ ਪੜੋ ਤੂੰ ਕੀ ਕਰਨ ਰਿਹਾ ਮੇਰੀ ਦੁਆ ਅਗਲੇ ਦਿਨ ਕਿਸੇ ਨੂੰ ਭੇਜ ਦੇਣਾ ਉਹਨੇ ਸਾਰਾ ਕੁਝ ਕਰਾਉਂਗਾ ਮੈਂ ਸਾਰਾ ਕੁਝ ਕਰਾਉਂਗਾ ਇਹ ਭਾਂਡੇ ਵਿਕ ਜਿਹੜੇ ਕੁੱਤੇ ਪਾਲਣੇ ਸੌਖੇ ਨਹੀਂ ਹੈਗੇ ਤੈਨੂੰ ਨਹੀਂ ਪਾਲਣ ਦੇ ਭੈਣ ਤੇ ਉਹ ਉਹਨਾਂ ਦਾ ਮਾਸਟਰ ਉਹਨਾਂ ਦੀ ਪੋਸਟ ਉਹਨਾਂ ਦੀ ਪੋਸਟ ਤੇ ਵੇਖ ਉਹਨਾਂ ਦਾ ਉਦਾਂ ਵੇਖ ਵੀਰ ਮੈਨੂੰ ਵੀ ਯਾਰ ਨਹੀਂ ਨਹੀਂ ਫੈਸਲ ਵੈਸੇ ਤੇਰੇ ਨਾਲ ਯਾਰ ਸੁਣ ਲੱਗ ਰਿਹਾ ਮੇਰੇ ਨਾਲ ਸੋਹਣਾ ਲੱਗ ਰਿਹਾ ਨਹੀਂ ਮਤਲਬ ਤੈਨੂੰ ਲੱਗ ਰਿਹਾ ਕਿ ਮਤਲਬ ਤੈਨੂੰ ਵਾਕਈ ਇਹਦੇ ਇਹ ਹਲ ਹੈਗਾ ਤੂੰ आवाज दे के कहना हेलो मैं कुत्ता तू बनया नाम हैप्पी नाम लैनो हैप्पी हैप्पी क्या है ਹੈਪੀ ਲੱਗ ਤੇ ਨਹੀਂ ਰਿਹਾ ਚਲੋ ਚਾਚੂ ਚਲੋ ਹੈਪੀ ਕਹਿੰਦਾ ਇਹ ਜਿਹੜੇ ਹਜੂ ਸੁਣਦਾ ਹੀ ਚਾਚੂ ਉਹ ਦੇ ਚਾਚੂ ਉਹ ਲੈ ਜਾ ਇਹਦਾ ਚਾਚੂ ਲੈ 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 ਇਹਦਾ ਭਤੀਜਾ ਦੇਖ ਲਾ ਦਿਲ ਕਰੇ ਸਵੇਰੇ ਇਹਦੇ ਤੇ ਲਿਖ ਦੇ ਈਦ ਮੁਬਾਰਕ ਮਹਿੰਦੀ ਨਾ 8 ਦਿਨ ਬਾਅਦ ਵੇਖੇ ਪਿੱਛੇ ਟੈਂਕੀ ਤੋਂ ਲੱਭਣਾ ਉਹ ਕੁੱਤਿਆਂ ਨਾਲ ਬੈਠਾ ਤਾਸ਼ ਖੇਡਦਾ ਅੱਛਾ ਜਰਮਨ ਸ਼ੈਫਰਡ ਦਾ ਸ਼ਕੀਰ ਬੰਨ ਇਹ ਜੰਗਲਿਆਂ ਸੋਹਣਾ ਲੱਗਦਾ ਤੇ ਇਹਨੇ ਇੱਟਾਂ ਵਾਲਾ ਖੁੱਡਾ ਬਣਾਉਣਾ ਦੇਖੀ ਤੂੰ ਖੁੱਡਾ ਵਿੱਚ ਕੂਲਰ ਲਾਇਆ ਕੂਲਰ ਵੀ ਕਿਥੋਂ 300 ਦੀ ਪੱਖੀ ਨਹੀਂ ਮਿਲਦੀ ਛੋਟੀ ਉਹ ਲੋੜੀ ਤੇ ਦਿਲ ਕਿਹਾ ਇੱਕ ਤੇ ਬਹੁਤ ਬਹੁਤ ਇੱਕ ਵਾਰੀ ਫਿਰ ਥੈਂਕ ਯੂ ਬਰਾਰ ਭਾਈ ਦਾ ਤੁਸੀਂ ਵੀ ਕਹਿ ਦਿਓ ਮੇਰੀ ਸਭ ਤੋਂ ਪਹਿਲੇ ਸਪੈਸ਼ਲ ਥੈਂਕਸ ਮਾਈ ਟੀਚਰ ਸਜਾ ਜਾਨੀ ਸਾਹਿਬ ਉਸਤਾਦ ਮੋਹਤਰਮ ਤੁਹਾਡਾ ਉਸਤਾਦ ਜੀ ਥੈਂਕ ਯੂ ਸੋ ਮਚ ਤੇ ਦੂਸਰਾ ਇਹਨਾਂ ਦਾ ਵੀ ਸ਼ੁਕਰੀਆ ਇਹਨਾਂ ਦਾ ਵੀ ਸ਼ੁਕਰੀਆ ਚਲੋ ਕੋਈ ਗੱਲ ਜੋ ਵੀ ਇਹਨਾਂ ਨੇ ਮੇਰੇ ਨਾਲ ਕੀਤਾ ਲੇਕਿਨ ਉਸ ਤੋਂ ਬਾਅਦ ਇਹਦਾ ਸ਼ੁਕਰੀਆ ਬਾਕੀ ਮੈਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗਾ ਕਿ ਮੈਂ ਇਹਨੂੰ ਪਾਲਾਂ ਇਹਨੂੰ ਇੱਕ ਅੱਛਾ ਕੁੱਤਾ ਬਣਾਵਾਂ ਉਹ ਵੀ ਕਹਿ ਰਿਹਾ ਤੇਰਾ ਸ਼ੁਕਰੀਆ ਮੈਨੂੰ ਛੱਡ ਦੇ ਤਾਂ ਕਿ ਜਿਹੜੇ ਲੋਕਲ ਕੁੱਤੇ ਇਹਦੇ ਵੇਖ ਕੇ ਕਹਿਣਗੇ ਯਾਰ ਸਾਡੇ 'ਚ ਕਿਹੜੀ ਕੁੱਤੇ ਕਰਨ ਦੀ ਕਮੀ ਹੈ ਤੁਸੀਂ ਗਾਣਾ ਭਲਾਣਾ ਹੈਗਾ ਤੇਰੀ ਮਿਹਰਬਾਨੀ ਵਾਲਾ ਇਹਨੂੰ ਮੈਂ ਗਾਣਾ ਵੀ ਸਿਖਾਉਂਗਾ ਤੇਰੀ ਮਿਹਰਬਾਨੀਆਂ ਤੇਰੀ ਕਦਰਦਾਨੀਆਂ ਤੁਝ ਪੇ ਫਰੀਦ ਨਾਲ ਨਾ ਬਰਾਰ ਹਾਸ਼ਮੀ ਨਾ ਬਣੇ ਬੰਦਾ ਬਣੀ ਕਈ ਜ਼ਿੰਦਗਾਨੀਆਂ ਤੂੰ ਸੁੱਤੇ ਹੋਣਾ ਸਾਲ ਬਦੇ ਅਸੀਂ ਕੁੱਤੇ ਨੂੰ ਤੈਨੂੰ ਇੰਜ ਕਰਿਆ ਕਰਨਾ ਤੇ ਤੂੰ ਉੱਠਣਾ ਤੇ ਕਹਿੰਦੇ ਇੰਜ ਕਰਨਾ ਬਿਠੇ ਇਹਦੀ ਤਰਬੀਅਤ ਤੇ ਫਖਰ ਹੋਏਗਾ ਓਏ ਮੈਨੂੰ ਪਤਾ ਲੱਗਣਾ ਜਦੋਂ ਬਾਹਰ ਹੌਦੀ ਤੇਰੀ ਬੈਠਣਾ ਆਪਾਂ ਲੱਗੇ ਕਰਦੇ ਨਹੀਂ ਮੈਂ ਤੈਨੂੰ ਜੈਨੂਇਨ ਕਹਿ ਰਿਹਾ ਕਿ ਦੇਖੋਗੇ ਇਹਨੂੰ ਮੈਂ ਸਿਖਾਉਣਾ ਹੀ ਅਸੀਂ ਬਾਕੇ ਇਹ ਸਭ ਤੋਂ ਪਹਿਲੇ ਨੰਬਰ ਤੇ ਕੋਈ ਵੀ ਹੈਗਾ ਦਰਵਾਜ਼ਾ ਆਪ ਖੋਲੇਗਾ ਅੱਛਾ ਅੱਛਾ ਜੀ ਹਾਂਜੀ ਦਰਵਾਜ਼ਾ ਆਪ ਕੋਈ ਵੀ ਮਤਲਬ ਨਾਮ ਹੀ ਘਰ ਹੋਇਆ ਤੇ ਨਹੀਂ ਨਹੀਂ ਹਾਂ ਬੋਤਲ ਪਰਚੀ ਲੈ ਕੇ ਜਾਂਦਾ ਸੀ ਬੋਤਲ ਲੈ ਕੇ ਆ ਜਾਂਦਾ ਚਲੋ ਜੀ ਆ ਜਾਓ ਜੀ ਲੋ ਜੀ ਨਾਜ਼ਰੀਨ ਅਸੀਂ ਵਾਪਸ ਚੱਲੇ ਆ